ਸਵਾਗਤ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਾਂ ਨੀਤੂ ਕਹਿੰਦੇ ਨੇ ਕਿ ਨਾਚ ਜਿਹੜਾ ਹੈ ਲੋਕ ਨਾਚ ਜਿਹੜਾ ਸਾਨੂੰ ਸੱਭਿਆਚਾਰ ਤੋਂ ਵਿਰਾਸਤ ਤੋਂ ਮਿਲੀ ਹੋਈ ਇੱਕ ਚੀਜ਼ ਹੈ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਉਹ ਹਾਰ ਰਿਹਾ ਸ਼ਿੰਗਾਰਿਆ ਜਾਂਦਾ ਔਰ ਲੋਕ ਨਾਚ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਇਹ ਸਾਨੂੰ ਇੱਕ ਸਕੂਨ ਬਹੁਤ ਹੀ ਵਧੀਆ ਆਰਾਮ ਪਰਦਾਨ ਕਰਦੇ ਨੇ ਲੋਕਨਾਚ ਜਿਵੇਂ ਸਾਨੂੰ ਲੋਕ ਗੀਤ ਵਿਰਾਸਤ ਦੇ ਵਿੱਚ ਮਿਲੇ ਉਵੇਂ ਹੀ ਲੋਕਨਾਚ ਵੀ ਸਾਨੂੰ ਵਿਰਾਸਤ ਤੋਂ ਹੀ ਮਿਰੇ ਨੇ ਜੇਕਰ ਅਸੀਂ ਗੱਲ ਕਰੀਏ ਇਹਨਾਂ ਲੋਕ ਨਾਚਾਂ ਦੀ ਤੇ ਲੋਕ ਗੀਤਾਂ ਦੀ ਇਹ ਅਕਸਰ ਕਿਹਾ ਜਾਂਦਾ ਹੈ ਕਿ ਜਿੱਦਾਂ ਹਰ ਲੋਕ ਗੀਤ ਦੇ ਵਿੱਚ ਇੱਕ ਲੋਚ ਲੋਕ ਨਾਚ ਲੁਕਿਆ ਹੋਇਆ ਹੈ ਉੱਥੇ ਹੀ ਹਰ ਲੋਕ ਨਾਚ ਦੇ ਵਿੱਚ ਇੱਕ ਲੋਕ ਗੀਤ ਲੁਕਿਆ ਹੋਇਆ ਹੈ ਇਹ ਕਹਿ ਸਕਦੇ ਹਾਂ ਇਹਨਾਂ ਦਾ ਆਪਸੀ ਤਾਲਮੇਲ ਹੈ ਆਪਸੀ ਸੰਬੰਧ ਹੈ ਔਰ ਇਹਨਾਂ ਨੂੰ ਅਲੱਗ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਸਾਡਾ ਪੰਜਾਬ ਬਹੁਤ ਹੀ ਵੱਡੀ ਵਿਰਾਸਤ ਬਹੁਤ ਹੀ ਸੱਭਿਆਚਾਰ ਬਹੁਤ ਹੀ ਪੁਰਾਣਾ ਸੱਭਿਆਚਾਰ ਲੁਕੋ ਕੇ ਛਿਪੋ ਕੇ ਬੈਠਾ ਹੋਇਆ ਹੈ ਔਰ ਇਹ ਹੁਣ ਸਿਰਫ ਸਿਰਫ ਸਾਡੇ ਪੰਜਾਬ ਤੱਕ ਹੀ ਨਹੀਂ ਬਲਕਿ ਦੇਸ਼ ਵਿਦੇਸ਼ਾਂ ਤੱਕ ਸਿਮਤ ਹੋ ਚੁੱਕਾ ਹੈ ਉੱਥੇ ਵੀ ਸਾਡਾ ਲੋਕ ਨਾਚ ਜਿਹੜਾ ਹੈ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤਾਂ ਹੀ ਤਾਂ ਕਹਿੰਦੇ ਨੇ ਵੀ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਦਾ ਚੱਜੇ ਹੋਵੇ ਔਰ ਅੱਜ ਅਸੀਂ ਗੱਲ ਕਰਾਂਗੇ ਸਾਡੇ ਲੋਕ ਨਾਚ ਦੀ ਪੰਜਾਬ ਦੇ ਉਹ ਲੋਕ ਨਾਚ ਜਿਸ ਨੂੰ ਸਭ ਪਸੰਦ ਕਰਦੇ ਨੇ ਬਹੁਤ ਹੀ ਜ਼ਿਆਦਾ ਮਕਬੂਲ ਲੋਕ ਨਾਚ ਦੇ ਵਿੱਚ ਕੀ ਕੁਝ ਹੈ ਕਿਵੇਂ ਇਸ ਨੂੰ ਹਾਰਿਆ ਸ਼ਿੰਗਾਰਿਆ ਜਾਂਦਾ ਇਸ ਵਿੱਚ ਕਿਹੜੇ-ਕਿਹੜੇ ਚੀਜ਼ਾਂ ਦੇ ਇਸਤੇਮਾਲ ਕੀਤਾ ਜਾਂਦਾ ਉਹਦੇ ਵਿੱਚ ਕਿਹੜੇ ਬੋਲਾਂ ਦਾ ਇਸਤੇਮਾਲ ਕੀਤਾ ਜਾਂਦਾ ਕਿਹੜੇ ਗਹਿਣੇ ਆ ਗੱਟਿਆਂ ਦਾ ਇਸਤੇਮਾਲ ਕੀਤਾ ਜਾਂਦਾ ਕਿਹੜੇ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਇਹ ਸਭ ਕੁਝ ਦਸਣ ਦੇ ਵਾਸਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਕੋਲ ਪਰਵੇਸ਼ ਕੁਮਾਰ ਜੀ ਉਹ ਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਔਰ ਇਹ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਫਾਈਨ ਆਰਟਸ ਦੇ ਇਸ ਖੇਤੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਨਾਲ ਦੇ ਨਾਲ ਪਿਛਲੇ 15 ਸਾਲਾਂ ਤੋਂ ਲੋਕ ਨਾਚ ਦੇ ਉੱਤੇ ਰਿਸਰਚ ਕਰਦੇ ਪਏ ਨੇ ਬਹੁਤ ਬਹੁਤ ਸਵਾਗਤ ਕਰਦੇ ਆਂ ਪ੍ਰਵੇਸ਼ ਜੀ ਤੁਹਾਡਾ ਸਟੂਡੀਓ ਦੇ ਵਿੱਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਜੀ ਪ੍ਰਵੇਸ਼ ਜੀ ਅਸੀਂ ਗੱਲ ਕਰਦੇ ਆਂ ਅੱਜ ਆਪਣੇ ਲੋਕ ਨਾਚਾਂ ਦੀ ਖਾਸਔਰ ਤੇ ਪੰਜਾਬ ਦੇ ਲੋਕ ਨਾਚਾਂ ਦੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨਾਚ ਹੈ ਕਿੱਥੋਂ ਸ਼ੁਰੂਆਤ ਹੋਈ ਹੈ ਕੀ ਪਰਿਭਾਸ਼ਾ ਹੈ ਉਹਨਾਂ ਦੀ ਅਸਲ 'ਚ ਜਿਹੜੇ ਲੋਕ ਨਾਚ ਨੇ ਉਹ ਸਾਡੇ ਸਮਾਜ ਦਾ ਸਾਡੇ ਸੱਭਿਆਚਾਰ ਦਾ ਇੱਕ ਅਭੀਨਾੰਗਾ ਜੀ ਇਹ ਸ਼ੁਰੂਆਤ ਜਦੋਂ ਤੋਂ ਮਨੁੱਖ ਧਰਤੀ ਤੇ ਆਇਆ ਹੈ ਹਮਮ ਤੇ ਮੈਂ ਤਾਂ ਇਸ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹਦੋਂ ਤੋਂ ਹੀ ਮੰਨਦਾ ਹਾਂ ਕਿਉਂਕਿ ਆਪਣਾ ਮਨ ਪਰਚਾਵਾਂ ਕਰਨਾ ਉਸ ਨੂੰ ਲੋਕਨਾਚ ਦੁਆਰਾ ਹੀ ਸਮੂਹ ਦੇ ਵਿੱਚ ਨੱਚਿਆ ਜਾਣਾ ਜਿਹੜਾ ਹੈਗਾ ਹਮਮ ਲੋਕਨਾਚ ਲੋਕ ਆਪਣਾ ਆਪਣੇ ਆਪ ਆਪਣੇ ਮਨ ਨੂੰ ਖੁਸ਼ ਰੱਖਣਾ ਆਪਣੇ ਆਪ ਨੂੰ ਫਿੱਟ ਰੱਖਣਾ ਜੀ ਤੇ ਉਹ ਇੱਕ ਲੋਕਨਾਚਾਂ ਦੇ ਜ਼ਰੀਏ ਆਪਣੀ ਗੱਲ ਜਿਹੜੀ ਹੈ ਜੀ ਮਨੁੱਖ ਸ਼ੁਰੂ ਤੋਂ ਹੀ ਕਰਦਾ ਆਇਆ ਕਰਦਾ ਰਿਹਾ ਲੋਕ ਨਾਚਾਂ ਦੇ ذریعے ਜੀ ਤੇ ਜਿਹੜੇ ਅਸਲ 'ਚ ਲੋਕ ਨਾਚ ਹੈ ਉਹ ਸਾਡੇ ਹਰੇਕ ਸਟੇਟ ਦਾ ਹਰੇਕ ਦੇਸ਼ ਤੇ ਕਲਚਰ ਨੂੰ ਵੀ ਪ੍ਰਮੋਟ ਮਤਲਬ ਪੇਸ਼ ਕਰਦੇ ਨੇ ਦੱਸਦੇ ਨੇ ਸਾਨੂੰ ਤੇ ਇਹ ਇੱਕ ਮੈਂ ਤਾਂ ਇਹਨੂੰ ਇਹ ਕਹਾਂਗਾ ਵੀ ਇਹ ਸਾਡੇ ਜੀਵਨ ਦੇ ਵਿੱਚ ਇਸ ਦਾ ਬੜਾ ਮਹੱਤਵ ਹੈ ਜੀ ਬਿਲਕੁਲ ਸੋ ਗੱਲ ਕਰਦੇ ਆ ਅਸੀਂ ਪ੍ਰਵੇਸ਼ ਜੀ ਆਪਣੇ ਲੋਕ ਨਾਚਾ ਵਿੱਚ ਬਹੁਤ ਹੀ ਮਕਬੂਲ ਪੰਗੜੇ ਦੀ ਪੰਗੜੇ ਲੋਕ ਨਾਚ ਦੀ ਤੇ ਇਹ ਇੱਕ ਲੋਕ ਨਾਚ ਹੈ ਜਾਂ ਫਿਰ ਇੱਕ ਕ੍ਰੀਏਟੀਵਿਟੀ ਹੈ ਪੈਦਾ ਕੀਤਾ ਗਿਆ ਵੈ ਅ ਅਸਲ ਚ ਜਿਹੜਾ ਪੰਗੜਾ ਹੈ ਪੰਗੜਾ ਇਹ ਲੋਕ ਨਾਚਾਂ ਦਾ ਸਮੂਹ ਹੈ ਜੀ ਲੋਕ ਨਾਚ ਕਾਫੀ ਜਿਹੜੇ ਲੋਕ ਨਾਚ ਨੇ ਜਿਹੜੇ ਪੰਜਾਬ ਦੇ ਜਿਵੇਂ ਲੁੱਡੀ ਹੋਗੀ ਝੂਮਰ ਸਮਮੀ ਠੀਕ ਹੈ ਜੀ ਇਹ ਸਾਰੇ ਲੋਕ ਨਾਚ ਕੇ ਜਿੱਦਾਂ ਦੇ ਜਿਹੜੇ ਮਿਲ ਕੇ ਇਹਨਾਂ ਨੂੰ ਆਪਾਂ ਭੰਗੜੇ ਦਾ ਰੂਪ ਬਣਾਇਆ ਗਿਆ ਭੰਗੜੇ ਦਾ ਰੂਪ ਅਸਲ 'ਚ ਜਿਹੜੀ ਭੰਗੜੇ ਦੀ ਜਿਹੜਾ ਸ਼ੁਰੂਆਤ ਹੈ ਉਹ ਆਪਣੇ ਪਾਕਿਸਤਾਨ ਤੋਂ ਇਹਦੀ ਮੰਨੀ ਜਾਂਦੀ ਹੈ ਜੀ ਤੇ ਸਿਆਲਕੋਟ ਤੋਂ ਤੇ ਸਿਆਲਕੋਟ ਤੋਂ ਹੀ ਇਹ ਚੱਲਦਾ ਚੱਲਦਾ ਹੌਲੀ ਹੌਲੀ ਜਦੋਂ 47 ਦੀ ਵੰਡ ਹੁੰਦੀ ਹੈ ਵੰਡ ਹੋਣ ਤੋਂ ਬਾਅਦ ਜਿਹੜਾ ਪਾਕਿਸਤਾਨ ਤੇ ਭਾਰਤ ਬਣਦਾ ਹੈ ਤੇ ਕੁਝ ਲੋਕ ਨਾਚਾਂ ਦੀ ਵੀ ਇਸੇ ਤਰੀਕੇ ਵੰਡ ਹੋ ਗਈ ਤੇ ਕੁਝ ਲੋਕ ਨਾਚ ਉਧਰ ਰਹਿ ਗਏ ਤੇ ਕੁਝ ਇਧਰ ਆ ਗਏ ਜੀ 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 ਸੋ ਜਿਹੜਾ ਭੰਗੜਾ ਵੀ ਸੀ ਇਸ ਤਰ੍ਹਾਂ ਹੌਲੀ-ਹੌਲੀ ਇੱਧਰ ਜਦੋਂ ਹੋਇਆ ਅਸੀਂ ਮੈਂ ਕਹਿੰਦਾ ਵੀ 1952 ਦੇ ਵਿੱਚ ਜਦੋਂ ਭੰਗੜੀ ਦੀ ਪਹਿਲੀ ਟੀਮ ਬਣੀ ਐ ਸੁਨਾਮ ਦੇ ਵਿੱਚ ਤੇ ਉਥੋਂ ਦੀਪਕ ਬਰਾਦਾਰਾ ਸੀ ਐਲ ਰਾਣਾ ਜੀ ਹੁਣਾਂ ਨੇ ਮਿਲ ਕੇ ਜਦੋਂ ਉਹਨਾਂ ਨੇ ਕੀਤਾ ਤੇ ਫਿਰ ਮਹਾਰਾਜਾ ਪਟਿਆਲਾ ਨੇ ਇਹਨਾਂ ਨੂੰ ਪ੍ਰੋਮੋਟ ਕੀਤਾ ਜੀ ਫਿਰ ਇਹ 26 ਜਨਵਰੀਆਂ ਤੇ ਜਾਣਾ ਸ਼ੁਰੂ ਕੀਤਾ ਜਾਣਾ ਸ਼ੁਰੂ ਹੋਏ ਹੈਨਾ ਜੀ 26 ਜਨਵਰੀਆਂ ਦੇ ਵਿੱਚੋਂ ਫਿਰ ਇਹਨਾਂ ਦੇ ਆਪਸੀ ਜਿਹੜੇ ਹੋਰ ਸਟੇਟਾਂ ਨਾਲ ਕੰਪੀਟੀਸ਼ਨ ਹੋਏ ਉਹਨਾਂ ਤੋਂ ਕੰਪੀਟੀਸ਼ਨਾਂ ਦੇ ਵਿੱਚ ਹੌਲੀ 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 ਭੰਗੜੇ ਦਾ ਨਖਾਰ ਆਉਂਦਾ ਗਿਆ ਜੀ ਤੇ ਫਿਰ ਹੌਲੀ ਨਿਆ ਦੌਰ ਮੂਵੀ ਇੱਕ ਬਣੀ ਨਿਆ ਦੌਰ ਜਾਗ ਜਾਗਤੇ ਰਹੋ ਹੋ ਗਈ ਕਸ਼ਮੀਰ ਦੀ ਕਲੀ ਇੱਕ ਮੂਵੀ ਸੀ ਉਹਦੇ ਵਿੱਚ ਫਿਰ ਜਿਹੜਾ ਭੰਗੜਾ ਹੈਗਾ ਉਹ ਹੌਲੀ 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 ਪ੍ਰਚਲਿਤ ਹੋਣਾ ਸ਼ੁਰੂ ਹੋ ਗਿਆ ਜੀ ਤੇ ਇੱਕੇ ਸਿੰਬਲ ਬਣ ਗਿਆ ਪੰਜਾਬੀਆਂ ਦਾ ਤੇ ਇਹ ਫਿਰ ਹੌਲੀ ਹੌਲੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲਦਾ ਗਿਆ ਬਿਲਕੁਲ ਜੀ ਅੱਛਾ ਅਸੀਂ ਜਦੋਂ ਗੱਲ ਕਰਦੇ ਆ ਲੋਕ ਨਾਚ ਦੀ ਵਿਦਾ ਜਿਹੜੀ ਜ਼ਿਆਦਾਤਰ ਹੈ ਨਾ ਲੋਕ ਭੰਗੜੇ ਜਾਂ ਫਿਰ ਇੱਕ ਗਿੱਧੇ ਨੂੰ ਮੰਨਦੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਡਾ ਜਿਹੜਾ ਇਹ ਲੋਕ ਨਾਚ ਹੈ ਭੰਗੜਾ ਜਾਂ ਗਿੱਧਾ ਇਹਨੂੰ ਅੱਗੇ ਵੀ ਕਿਸੇ ਤਰੀਕ ਕਿ ਨਾਲ ਅਸੀਂ ਖੁੱਲਕੇ ਵਿਚਾਰ ਦੇ ਵਿੱਚ ਦੱਸ ਸਕਦੇ ਆ ਮੈਂ ਦੱਸਦਾ ਜੀ ਜਿਹੜਾ ਗਿੱਧਾ ਤੇ ਭੰਗੜਾ ਅਸਲ ਚ ਇਹੀ ਇੱਕ ਪ੍ਰਸਿੱਧ ਲੋਕਨਾਚ ਹੋ ਗਏ ਜੀ ਅਸਲ ਚ ਜਿਹੜੇ ਸਾਡੇ ਹੋਰ ਜਿਹੜੇ ਰਵਾਇਤੀ ਲੋਕਨਾਚ ਜਿਨ੍ਹਾਂ ਨੂੰ ਅਸੀਂ ਕਹਿ ਲੈਂਦੇ ਆ ਜਿਵੇਂ ਲੁੱਡੀ ਝੂਮਰ ਸੰਮੀ ਹੈ ਨਾ ਤੇ ਮਲਵਈ ਗਿੱਦਾ ਹੋ ਗਿਆ ਅਸੀਂ ਜਦੋਂ ਇਹਨਾਂ ਲੋਕ ਨਾਚਾਂ ਦੀ ਜਦੋਂ ਗੱਲ ਕਰਦੇ ਆ ਤੇ ਇਹਦੇ ਵਿੱਚ ਜਦੋਂ ਭੰਗੜਾ ਗਿਆ ਹੁੰਦਾ ਤਾਂ ਫਿਰ ਸਿਰਫ ਆਪਾਂ ਨੂੰ ਭੰਗੜਾ ਹੀ ਦਿਖਦਾ ਹੋਰ ਆਮ ਵੀ ਸਟੇਟਾਂ ਦੇ ਕਿਉਂਕਿ ਭੰਗੜਾ ਇੱਕ ਇਹੋ ਜਿਹਾ ਨਾਚ ਰਹਿ ਗਿਆ ਕਿ ਜਿਹੜਾ ਇਹਨਾਂ ਲੋਕ ਨਾਚਾਂ ਨੂੰ ਮੈਂ ਸੋਚਦਾ ਕਿ ਮੰਨਦਾ ਵੀ ਆ ਕਿ ਕਿਤੇ ਨਾ ਕਿਤੇ ਇਹਨਾਂ ਲੋਕ ਨਾਚਾਂ ਨੂੰ ਇਸੇ ਨਾਚ ਨੇ ਢਾ ਵੀ ਲਾਈਏ ਤੇ ਕਿਉਂਕਿ ਇੱਕ ਜੋਸ਼ੀਲਾ ਨਾਚ ਹੋਣ ਦੇ ਨਾਲ ਨਾਲ ਇਹ ਭੰਗੜਾ ਜਿਹੜਾ ਸੀਗਾ ਇਹ ਦੂਜੇ ਲੋਕ ਨਾਚ ਜਿਹੜੇ ਹੋਏ ਉਹ ਇੰਨੇ ਸਟੇਜਾਂ ਤੇ ਨਹੀਂ ਆਏ ਹੁਣ ਚਲੋ ਕਾਫੀ ਯੂਨੀਵਰਸਟੀਆਂ ਦੇ ਨੇ ਜਿਹੜਾ ਉਪਰਾਲਾ ਕੀਤਾ ਤੇ ਸਟੇਜਾਂ ਤੇ ਵੀ ਆ ਕੇ ਅੱਗੇ ਅੱਗੇ ਹੋਇਆ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਇਹ ਪੰਜਾਬ ਦੇ ਇਹ ਵੀ ਲੋਕ ਨਾਚ ਹੈਗੇ ਨੇ ਜੀ ਤੇ ਅਸਲ 'ਚ ਜਿਹੜਾ ਭੰਗੜਾ ਹੈ ਭੰਗੜੇ ਦੇ ਵਿੱਚ ਆਪਾਂ ਖੂਨ ਦੇ ਛਿੱਕੇ ਸੱਪ ਗਾਟੋ ਹੈ ਨਾ ਤੇ ਆਪਣੇ ਹੋਰ ਸਾਜ਼ ਆਪਾਂ ਵਜਾਉਂਦੇ ਆਂ ਆਪਾਂ ਢੋਲ ਦੀ ਤਾਲ ਤੇ ਨੱਚਦੇ ਆਂ ਤੇ ਜਦੋਂ ਅਸੀਂ ਬਾਕੀ ਲੋ ਇਹੇ ਹੁੰਦੇ ਲੋਕਨਾਚ ਨੇ ਮਤਲਬ ਲੋਕ ਨਾਚ ਮੈਂ ਕਹਿ ਰਿਹਾ ਕਿ ਜਿਵੇਂ ਇਸ ਤੋਂ ਇਲਾਵਾ ਫਿਰ ਇਸ ਤੋਂ ਬਾਅਦ ਧਮਾਲ ਹੋ ਗਈ ਲੁੱਡੀ ਹੋ ਗਈ ਪਠਾਣੀਆਂ ਹੋ ਗਿਆ ਠੀਕ ਹੈ ਜੀ ਸੰਮੀ ਹੋ ਗਈ ਝੂਮਰ ਹੋ ਗਈ ਇਹ ਜਿਹੜੇ ਇਹਨਾਂ ਨੂੰ ਅਗਰ ਆਪਾਂ ਇਹਨਾਂ ਨੂੰ ਲੋਕ ਨਾਚਾਂ ਨੂੰ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ ਭੰਗੜੇ ਦੇ ਵਿੱਚੋਂ ਕੱਢ ਦਿੱਤਾ ਜਾਦਾ ਤਾਂ ਪਿੱਛੇ ਸਾਡੀ ਕ੍ਰੀਏਟੀਵਿਟੀ ਬਚਦੀ ਹੈ ਹਾਂ ਹੁਣ ਚਾਲਾਂ ਹੈਗੀਆਂ ਉਹ ਖੇਤੀ ਦੇ ਜਿਹੜੇ ਸਾਡੇ ਕਾਰਜ ਹੈਗੇ ਨੇ ਉਹਨਾਂ ਦੇ ਉੱਤੇ ਆਧਾਰਿਤ ਨੇ ਜੀ ਤੇ ਇਹ ਇਸ ਤਰ੍ਹਾਂ ਹੀ ਚੱਲਦਾ ਹੈ ਹੌਲੀ-ਹੌਲੀ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਵੀ ਝੂਮਰ ਦੀ ਹਮਮ ਆਪਾਂ ਝੂਮਰ ਦੀ ਆਪਾਂ ਗੱਲ ਲੈ ਲੈਂਦੇ ਆਂ ਵੀ ਝੂ ਝੂਮਰ ਜਿਹੜੀ ਹੈਗੀ ਆ ਕਿ ਉਹ ਲਹਿੰਦੇ ਪੰਜਾਬ ਦੇ ਲੋਕ ਨਾਚ 12 ਦਾ ਨਾਚ ਹੈ ਜੀ ਉਹਦੇ ਵਿੱਚ 12 ਇਸ ਤਰ੍ਹਾਂ ਹੈ ਕਿ ਜਿਵੇਂ ਨੀਲੀ ਬਾਰ, ਰਾਵੀ ਬਾਰ ਹਮਮ ਸੰਦਲ ਬਾਰ ਜੀ ਹੈਨਾ ਇਹਨਾਂ ਦੇ ਵਿੱਚ ਪਾਕਪਟਨ, ਮਿੰਟ ਗੁਮਰੀ ਤੇ ਭਾਵਲਪੁਰ ਜਿਹੜਾ ਹੈਗਾ ਇਹ ਨੀਲੀ ਬਾਰ ਦਾ ਇਲਾਕਾ ਹੋ ਗਿਆ ਫਿਰ ਲਾਹਲਪੁਰ ਕਸੂਰ ਸਿੱਖ ਪੂਰਾ ਇਹ 라ਵੀ ਬਾਰ ਦਾ ਫਿਰ ਲੰਮੇ ਦਾ ਮਲਤਾਨ ਤੇ ਉੱਤ ਉੱਪਰਲਾ ਜਿਹੜਾ ਸਿੰਧ ਦਾ ਪਾਰਟ ਹੈ ਨਾ ਹੁਣ ਉਹ ਚੂਮਰ ਆ ਜਿਹੜੀ ਚੂਮਰ ਉਹ ਨੱਚਦੇ ਸੀਗੇ ਜਿਹੜੇ ਆਪਣੇ ਆਪਣੇ ਚੂਮਰ ਨੱਚਣ ਵਾਲੇ ਜਿਹਨਾਂ ਨੂੰ ਆਪਣਾ ਉਹ ਕੀ ਕਰਦੇ ਸੀਗੇ ਉਹ ਚੰਚਾਨਣੀਆਂ ਰਾਤਾਂ ਦੇ ਵਿੱਚ ਦੇ ਇਸ ਨੂੰ ਨੱਚਦੇ ਸੀਗੇ ਜੀ ਜੀ ਬਿਲਕੁਲ ਹੈਨਾ ਪਰਫਾਰਮ ਕਰਦੇ ਸੀ ਆਪਣਾ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਆ ਵੀ ਪੇਸ਼ ਕਰਦੇ ਸੀ ਨਹੀਂ ਪੇਸ਼ ਨਹੀਂ ਆਪਾਂ ਕਹਿੰਦੇ ਆ ਵੀ ਆਪਣੇ ਆਪ ਨੂੰ ਇੱਕ ਸਾਰਾ ਦਿਨ ਦੇ ਕੰਮ ਤੋਂ ਇੱਕ ਥਕਾਨ ਲਾਣ ਵਾਸਤੇ ਆਪਾਂ ਗੱਲ ਕਰਦੇ ਹਾਂ ਨਾ ਉਹ ਥਕਾਨ ਲਾਣੀ ਉਹਨੂੰ ਉਹਦੇ ਲਈ ਇਹ ਇਹ ਨੱਚਦੇ ਸੀਗੇ ਤੇ ਉਹਦੇ ਵਿੱਚ ਇਹਨਾਂ ਦੇ ਹੌਲੀ 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 ਫਿਰ ਇਹੀ ਜਿਹੜੇ ਨਾਚ ਨੇ ਇਸੇ ਤਰੀਕੇ ਲੁੱਡੀ ਹੋਗੀ ਜਾਂ ਹੋਰ ਇਹ ਫਿਰ ਹੌਲੀ 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 ਭੰਗੜੇ ਦੇ ਵਿੱਚ ਜਦੋਂ ਥੋੜੇ 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 ਅੰਗ ਲੈ ਲਏ ਵੀ ਜਿਵੇਂ ਹੁਣ 26 ਜਨਵਰੀ ਤੇ ਭੰਗੜਾ ਗਿਆ 26 ਜਨਵਰੀ ਦੇ ਉੱਥੇ ਪਹਿਲੇ ਜਦੋਂ ਦੀਪਕ ਮਨਮੋਨ ਹੁਣੀ ਜਦੋਂ ਗਏ ਨੇ ਪਹਿਲੀ ਵਾਰ ਜਦੋਂ ਉੱਥੇ ਉਹਨਾਂ ਨੇ ਭੰਗੜਾ ਪਰਫਾਰਮ ਕੀਤਾ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਜੀ ਹੈਨਾ ਉੱਥੇ ਭੰਗੜਾ ਪਰਫਾਰਮ ਕੀਤਾ ਤੇ ਉਹ ਭੰਗੜਾ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਹੋਰਾਂ ਸਟੇਟਸ ਦੇ ਵੀ ਉੱਥੇ ਜਿੱਦਾਂ ਕੰਪੀਟੀਸ਼ਨ ਹੋ ਦੇ ਲੋਕਨਾਚ ਦੇਖਣੇ ਹੈਨਾ ਕੁਝ ਚੀਜ਼ਾਂ ਉੱਥੋਂ ਵੀ ਕੱਢ ਕੇ ਉਹਦੇ ਵਿੱਚ ਪਾਈਆਂ ਪਾਈਆਂ ਉਹਨਾਂ ਦੇ ਹੋਰ ਸਟੇਟਾਂ ਦੇ ਸਟੈਪ ਵੀ ਪਾਏ ਤੇ ਫਿਰ ਕੁਝ ਜਿਹੜੀਆਂ ਆਪਣੇ ਲੋਕਨਾਚ ਸੀਗੇ ਉਹ ਤਾਂ ਹੈਗੇ ਹੀ ਸੀਗੇ ਵਿੱਚ ਇਹਨਾਂ ਨੇ ਵਿੱਚ ਸੀਗੇ ਇਦਾਂ ਕਰ ਕਰਕੇ ਤੇ ਇਹ ਭੰਗੜਾ ਇੱਕ ਲੋਕਨਾਚ ਖੜਾ ਹੋਇਆ ਹੈ ਜੀ ਜੀ ਬਿਲਕੁਲ ਹਾਂਜੀ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਤੁਸੀਂ ਗੱਲ ਕੀਤੀ ਝੂਮਰ ਤੁਮਾਲ ਲੁੱਡੀ ਸੱਮੀ ਗਿੱਧਾ ਮਲਵਾਏ ਗਿੱਧਾ ਡੰਡਾਸ ਬੜਾ ਬੜਾ ਕੁਝ ਹੈ ਔਰ ਗਹਿਣੇ ਗੱਟੇ ਜਿਹੜੇ ਨੇ ਕਹਿੰਦੇ ਨੇ ਕਿ ਇੱਕ ਸਾਡੇ ਹਾਰ ਸ਼ਿੰਗਾਰ ਜਿਹੜੀ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਰਹੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਲੋਕ ਨਾਚਾਂ ਦੀ ਉਹਦੇ ਵਿੱਚ ਵੀ ਗਹਿਣੇ ਗੱਟਿਆਂ ਦੀ ਗੱਲ ਅਕਸਰ ਉਸ ਦਾ ਜ਼ਿਕਰ ਹੋ ਜਾਂਦਾ ਔਰ ਇਹਦੇ ਵਿੱਚ ਸਿਰਫ ਔਰਤਾਂ ਹੀ ਨਹੀਂ ਬਲਕਿ ਮਰਦ ਵੀ ਉਹ ਗਹਿਣੇ ਗੱਟੇ ਪਾਉਂਦੇ ਨੇ ਉਦਾਂ ਦੇਖਿਆ ਜਾਵੇ ਭਾਵੇਂ ਸਾਡੇ ਇਸ ਸਮਾਜ ਦੇ ਵਿੱਚ ਔਰਤ ਜਿਹੜੇ ਔਰਤ ਦੇ ਨਾਲ ਨਾਲ ਮਰਦ ਗਹਿਣੇ ਗੱਟਿਆਂ ਵਾਲੇ ਇੰਨੇ ਜ਼ਿਆਦਾ ਨਹੀਂ ਮਤਲਬ ਪਾਏ ਜਾਂਦੇ ਪਰ ਫਿਰ ਵੀ ਜਦੋਂ ਅਸੀਂ ਆਪਣੇ ਭੰਗੜੇ ਦੀ ਗੱਲ ਕਰਦੇ ਆਂ ਸੰਮੀ ਦੀ ਗੱਲ ਕਰਦੇ ਆਂ ਲੁੱਡੀ ਦੀ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਗਹਿਣੇ ਗੱਟਿਆਂ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ ਸੋ ਅਸੀਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਉਹ ਗਹਿਣੇ ਗੱਟੇ ਜਿਨ੍ਹਾਂ ਦਾ ਇਸਤੇਮਾਲ ਸਾਡੇ ਇਹਨਾਂ ਲੋਕ ਨਾਚਾਂ ਵਿੱਚ ਕੀਤਾ ਜਾਂਦਾ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ ਅਸਲ ਚ ਗਹਿਣੇ ਗੱਟੇ ਜਿਹੜੇ ਹੈਗੇ ਉਹ ਸੁਹੱਪਣ ਇੱਕ ਜਿੱਦਾਂ ਕਹਿੰਦੇ ਇੱਕ ਔਰਤ ਆਪਣੇ ਆਪ ਨੂੰ ਸਜਾਉਂਦੀ ਹੈ ਗਹਿਣੇ ਗੱਟਿਆਂ ਤੋਂ ਬਿਨਾਂ ਨਹੀਂ ਰਹਿ ਸਕਦੀ ਤੇ ਇਸੇ ਤਰੀਕੇ ਕੁਝ ਗਹਿਣੇ ਇਸ ਤਰ੍ਹਾਂ ਦੇ ਸੀ ਜਿਹੜੇ ਮਰਦਾਂ ਦੇ ਗਹਿਣੇ ਆ ਜਿਵੇਂ ਵੀ ਕੀ ਭੰਗੜੇ ਦੇ ਵਿੱਚ ਕੈਂਠਾ ਹੂੰ ਹੂੰ ਫਿਰ ਅਗੇ ਕੈਂਠੀ ਹੋਗੀ ਕੈਂਠੀ ਇੱਕ ਔਰਤ ਵੀ ਪਾਉਂਦੀ ਸੀ ਤੇ ਇੱਕ ਮਰਦ ਵੀ ਹੂੰ ਹੂੰ ਉਹ ਹੁੰਦਾ ਸੀ ਤੇ ਉਹ ਹੁਣ ਜਿਹੜੇ ਹੌਲੀ 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 ਇਹ ਸਿਰਫ ਏ ਲੋਕ ਨਾਚਾਂ ਦਾ ਹੀ ਸ਼ਿੰਗਾਰ ਰਹਿ ਗਿਆ ਆਮ ਜਿਹੜੀ ਹੈਗੀ ਉਹਦੇ ਚੋਂ ਇਹ ਨਿਕਲ ਨਿਕਲ ਚੁੱਕੇ ਬਿਲਕੁਲ ਨਿਕਲ ਚੁੱਕੇ ਨੇ ਹੁਣ ਕੈਂਠਾ ਆਪਾਂ ਜਦੋਂ ਦੇ ਵਿੱਚ ਪਾਉਂਦੇ ਆ ਭੰਗੜੇ ਦੇ ਵਿੱਚ ਪਾਉਂਦੇ ਆ ਅੱਜ ਕੱਲ ਕੀ ਹੈ ਕਿ ਕੈਂਠੇ ਦੇ ਵਿੱਚ ਅਸੀਂ ਪਾ ਲਈਦਾ ਕੈਂਠਾ ਲੇਕਿਨ ਕੈਂਠੇ ਦਾ ਕੰਠ ਦਾ ਗਹਿਣਾ ਹੈ ਇਸ ਕੋਈ ਕੈਂਠਾ ਬਣਿਆ ਹੈ ਜੀ ਤੇ ਕੈਂਠੇ ਦਾ ਮੇਨ ਬੇਸਿਕਲੀ ਵਿੱਚ ਕੀ ਸੀ ਮੈਂ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਦਿਖਾਣਾ ਹੈ ਬੜਾ ਹੈਗਾ ਇਹ ਇਹ ਬੇਸਿਕਲੀ ਪਤਾ ਨਹੀਂ ਹੈ ਕਿ ਇਹ ਮਣਕ ਨੇ ਜੀ ਠੀਕ ਹੈ ਜੀ ਹੂੰ ਹੂੰ ਤੇ ਇਹ ਨੀਮੀ ਹੈ ਜੀ ਇਹਨੂੰ ਦਾਖਾਂ ਬੋਲਦੇ ਆ ਜੀ ਆ ਜਿਹੜੀ ਲੱਗੀ ਹੋਈ ਹੈ ਦਾਖ ਜੀ ਜੀ ਅਸਲ ਜੇ ਇਹ ਜਿੰਨੇ ਵੀ ਹੁਣ ਪੁਰਾਣੇ ਜਿਹੜੇ ਭੰਗੜਚੀ ਉਹਨਾਂ ਨੂੰ ਤਾਂ ਸਭ ਨੂੰ ਪਤਾ ਜਿਹੜੇ ਨਵੇਂ ਅੱਜ ਕੱਲ੍ਹ ਹੈਗੇ ਆ ਉਹਨਾਂ ਨੂੰ ਤਾਂ ਇਸ ਬਾਰੇ ਬਿਲਕੁਲ ਨੋ ਲੈਜ ਨਹੀਂ ਹੈ ਜਾਣਕਾਰੀ ਨਹੀਂ ਹੈ ਉਹਨੇ ਇਸੇ ਤਰੀਕੇ ਇਹ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਇਹ ਇੱਕ ਕੈਂਠੀ ਹੈ ਜੀ ਇਹ ਔਰਤਾਂ ਦਾ ਇਹ ਔਰਤਾਂ ਵੀ ਹੈ ਤੇ ਮਰਦ ਵੀ ਹੈ ਹਾਂਜੀ ਇਹ ਵੀ ਇਹ ਵੀ ਇਹ ਵੀ ਇਸੇ ਤਰੀਕੇ ਨੇ ਮੀ ਜੀ ਇਹ ਲਾਚੀ ਦਾਣਾ ਪਦ ਨੀ ਚ ਕਹ ਦਿੰਦੇ ਸੀ ਤੇ ਮਣਕ ਕਹ ਦਿੰਦੇ ਆ ਹਾਂਜੀ ਹਾਂਜੀ ਬਿਲਕੁਲ ਔਰ ਇਹਦੇ ਨਾਲ ਹੋਰ ਵੀ ਬਹੁਤ ਕੁਝ ਪਿਆ ਹੋਇਆ ਵੈ ਇਹ ਸਾਰੇ ਇੱਕੋ ਹੀ ਚੀਜ਼ ਨੇ ਨਹੀਂ ਇਹ ਕੁਝ ਗਿੱਧੇ ਦੇ ਗਾਣੇ ਆ ਜੀ ਜਿਵੇਂ ਹੁਣ ਮੰਨ ਲਓ ਆਸੀਂ ਲੁੱਡੀ ਦੇ ਵਿੱਚ ਅਸੀਂ ਹਾਰ ਜਿਹੜੇ ਆ ਪਾਉਨੇ ਆ ਜੀ ਇਹ ਹਸੀਆਂ ਨੇ ਜੀ ਜੀ ਤੇ ਇਹ ਵੀ ਇਸੇ ਤਰੀਕੇ ਆ ਦੇਖੋ ਤੁਸੀਂ ਇਹਦੇ ਉੱਤੇ ਫੁਲਵਾੜੀ ਪੂਰੀ ਦਿਖਾਈ ਜਾਂਦੀ ਸੀ ਹੂੰ ਹੂੰ ਇਹ ਇਹਦਾ ਵੀ ਇੱਕ ਇੱਕ ਮਤਲਬ ਹੁੰਦੇ ਸੀਗੀ ਹਰੇਕ ਤੁਸੀਂ ਦੇਖੋ ਗਹਿਣੇ ਦੇ ਉੱਤੇ ਆ ਦੇਖੋ ਮੋਰਨੀਆਂ ਜੀ ਜੀ ਜਾਂ ਫਿਰ ਇਹ ਇਹ ਚੀਜ਼ਾਂ ਦਿਖਾਈਆਂ ਜਾਂਦੀਆਂ ਸੀਗੀਆਂ ਹੂੰ ਹੂੰ ਠੀਕ ਹੈ ਜੀ ਉਹ ਹੌਲੀ 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 ਕੀ ਹੈ ਕਿ ਲੋਕੀ ਨੱਚਣ ਨਾਚਣ ਤੱਕ ਹੀ ਹੈਗੇ ਅੱਜ ਕੱਲ ਦੇ ਜਿਹੜੇ ਵਿਦਿਆਰਥੀ ਨੇ ਉਹ ਸਿਰਫ ਨਾਚੀ ਨਾਚ ਤੱਕ ਹੀ ਹੈ ਇਹਨਾਂ ਦੇ ਪਛੋਕੜ ਨਹੀਂ ਪੜਿਆ ਨਹੀਂ ਹੈ ਪੜਦੇ ਵੀ ਨਹੀਂ ਇਹਨਾਂ ਦੀ ਪਛੋਕੜ ਨੂੰ ਨਾ ਹੀ ਦੇਖਦੇ ਨੇ ਨਾ ਜਾਣਨਾ ਚਾਹਦੇ ਨੇ ਜੀ ਜੀ ਉਹ ਸਿਰਫ ਨਾਚ ਤੱਕ ਹੀ ਸੀਮਤ ਰਹਿੰਦੇ ਨੇ ਉਸ ਚੀਜ਼ ਨੂੰ ਹੂੰ ਬਿਲਕੁਲ ਤੇ ਅ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਖੁਦ ਵੀ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਨੇ ਉਹ ਲਿਖਦੇ ਹੋ ਉਹਦੇ ਨਾਲ ਨਾਲ ਜੇ ਗੱਲ ਕਰੀਏ ਅਸੀਂ ਲੁੱਡੀ ਦੀ ਤੇ ਆ ਲੁੱਡੀ ਵੀ ਤੁਸੀਂ ਆਪ ਲਿਖੀ ਹੋਈ ਹੈ ਤੇ ਅੱਜ ਜੇ ਕਿਤੇ ਹੋ ਜਵੇ ਥੋੜਾ ਜਿਹਾ ਹਾਂਜੀ ਲੁੱਡੀ ਦਾ ਤਾਂ ਇਸ ਤਰ੍ਹਾਂ ਜੀ ਵੀ ਦੇਖੋ ਜਿਵੇਂ ਲੁੱਡੀ ਦੀ ਆਪਾਂ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਮੈਂ ਲੁੱਡੀ ਦੀ ਤੁਹਾਨੂੰ ਇੱਕ ਸਟੋਰੀ ਇਹਦੇ ਪਿੱਛੇ ਪਛੋਕੜ ਕੀ ਆ ਲੁੱਡੀ ਦਾ ਆਪਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸਲ 'ਚ ਲੁੱਡੀ ਜਿਹੜੀ ਹੈਗੀ ਐ ਉਹ ਤੁਸੀਂ ਇੱਕ ਸੁਣਿਆ ਹੋਵੇਗਾ ਵੀ ਕੋਈ ਕੋਈ ਵੀ ਐਵੇਂ ਲੁੱਡਦਾ ਫਿਰਦਾ ਹੈ ਹਾਂ ਬਿਲਕੁਲ ਹੈਨਾ ਜੀ ਤੇ ਉਹ ਅਸਲ 'ਚ ਲੁੱਡੀ ਦਾ ਜਿਹੜਾ ਹੈਗਾ ਸਰਗੋਦਾ ਜੀ ਠੀਕ ਹੈ ਜੀ ਸਿਆਲਕੋਟ ਚੱਕਵਾਲ ਇਧਰਲੇ ਜਿਹੜੇ ਏਰੀਏ ਉੱਥੇ ਜ਼ਿਆਦਾ ਹੈ ਮਕਬੂਲ ਰਹੀ ਹੈ ਲੇਕਿਨ ਹੌਲੀ 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 ਇਹ ਲੈਣਦੇ ਤੋਂ ਚੜਦੇ ਵੱਲ ਆਈ ਯੂਨੀਵਰਸਿਟੀਆਂ ਦੇ ਵਿੱਚ ਇਹ ਯੁਵਕ ਮੇਲੇ ਹੋਏ ਤੇ ਇਹਨਾਂ ਵਿੱਚ ਇਹ ਬੜੀ ਫੇਮਸ ਹੋ ਗਈ ਇਹ ਇਹ ਲੋਕ ਨਾਚ ਬੜਾ ਪ੍ਰਚਲਿਤ ਹੋ ਗਿਆ ਜੀ ਅਸਲ ਦੇ ਵਿੱਚ ਲੁੱਡੀ ਲੋੱਡ ਸ਼ਬਦ ਤੋਂ ਬਣਿਆ ਜੀ ਲੋੱਡ ਦਾ ਫਰ ਲੁੱਡਣਾ ਮਤਲਬ ਛਾਲ ਮਾਰਨੀ ਜੀ ਤਾੜੀ ਮਾਰ ਕੇ ਅਸੀਂ ਤਾਲ ਦੇ ਨਾਲ ਢੋਲ ਦੀ ਤਾਲ ਦੇ ਕਹਿਰਵਾ ਜਿਹੜੀ ਤਾਲ ਵੱਜਦੀ ਆ ਉਹਦੇ ਵਿੱਚ ਅਸੀਂ ਛਾਲ ਮਾਰ ਕੇ ਅਸੀਂ ਲੁੱਡੀ ਪਰਫਾਰਮ ਕਰਦੇ ਸੀ ਜੀ ਤੇ ਲੁੱਡੀ ਦੇ ਵਿੱਚ ਮੁੰਡਿਆਂ ਦੀ ਲੁੱਡੀ ਤੇ ਕੁੜੀਆਂ ਦੀ ਲੁੱਡੀ ਦੋਨਾਂ ਦੇ ਵਿੱਚ ਬੜਾ ਅੰਤਰ ਵੀ ਹੈ ਜੀ ਅਸਲ 'ਚ ਮੁੰਡਿਆਂ ਦੀ ਲੁੱਡੀ ਦੇ ਵਿੱਚ ਜ਼ਿਆਦਾ ਮੋਢਿਆਂ ਦੀ ਜਿਹੜੀ ਹੈਗੀ ਇਹ ਜਰਕਾ ਹੈ ਜੀ ਕੁੜੀਆਂ ਦੀ ਲੁੱਡੀ ਜਿਹੜੀ ਹੈਗੀ ਆ ਉਹਦੇ ਲੱਕ ਦੀ ਮੂਵਮੈਂਟ ਜਿਹੜੀ ਹੈਗੀ ਆ ਉਹ ਜ਼ਿਆਦਾ ਹੁੰਦੀ ਹੈ ਜੀ ਤੇ ਜੇ ਆਪਾਂ ਇਹਨਾਂ ਦੀ ਬੇਸਿਕ ਮੇਰੇ ਉਸਤਾਦ ਜੀ ਉਸਤਾਦ ਗਰੀਬਦਾਸ ਜੀ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਮੈਂ ਕਿਹਾ ਜੀ ਉਸਤਾਦ ਜੀ ਲੁੱਡੀ ਹੈ ਕੀ ਇਸ ਅਸਮ ਦੇ ਵਿੱਚ ਉਹ ਕਹਿੰਦੇ ਪੁੱਤਰ ਗੱਲ ਇਹ ਹੈ ਵੀ ਜਦ ਤਿੰਨ ਤੂੰ ਖੁਸ਼ੀ ਦਾ ਇਹਾਰ ਕਰਨਾ ਹੈ ਨਾ ਹੂੰ ਹੂੰ ਤੈਨੂੰ ਕੋਈ ਤੂੰ ਕੋਈ ਜਿੱਤ ਪ੍ਰਾਪਤ ਕਰ ਲਈ ਹੈ ਜਾਂ ਤੂੰ ਉਸ ਜਿੱਤ ਦੇ ਵਿੱਚ ਤੇਰੇ ਤੇਰੇ ਆਟੋਮੈਟਿਕ ਅੰਦਰੋਂ ਸ਼ਾਲ ਨਿਕਲਣੀ ਹੈ ਹੂੰ ਹੂੰ ਤੇ ਉਹ ਜਿਹੜੀ ਅਸਲੀ ਸ਼ਾਲ ਆ ਹੂੰ ਉਹ ਲੁੱਡੀ ਹੈ ਕਹਿੰਦੇ ਬਿਲਕੁਲ ਉਹੀ ਲੁੱਡੀ ਐ ਫਿਰ ਸਾਡੇ ਮੇਰ ਜਾਂਦੇ ਉਸਤਾਦ ਜੀ ਹੋਏ ਨੇ ਬੋਲੀਆਂ ਪਾਉਂਦੇ ਹੁੰਦੇ ਸੀ ਉਹਨਾਂ ਨੇ ਲੁੱਡੀ ਬੜੀ ਸੋਹਣੀ ਲੁੱਡੀ ਗਾਈ ਫਿਰ ਉਹਨਾਂ ਤੋਂ ਹੀ ਇੱਕ ਮੈਨੂੰ ਲੱਗਿਆ ਵੀ ਹਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਸਤਾਦ ਜੀ ਇਹ ਲੁੱਡੀ ਕਿਵੇਂ ਉਹ ਕਹਿੰਦੇ ਵੀ ਜਦੋਂ ਤੁਸੀਂ ਇਹਨੂੰ ਨੱਚੂਗੇ ਇਹਨੂੰ ਪਰਫਾਰਮ ਕਰੋਗੇ ਨਾ ਫਿਰ ਤੁਹਾਨੂੰ ਪਤਾ ਲੱਗਦਾ ਜਾਏਗਾ ਵੀ ਅਸਲ 'ਚ ਲੁੱਡੀ ਹੈ ਕੀ ਹੈ ਤਾਂ ਤੁਸੀਂ ਆਪਣੇ ਆਪ ਲੁੱਡੀ ਨੂੰ ਬਣਾਉਣਾ ਸ਼ੁਰੂ ਵੀ ਕਰ ਦੋਗੇ ਤੇ ਫਿਰ ਮੈਂ ਉਸ ਟਾਈਮ ਇੱਕ ਲੁੱਡੀ ਲਿਖੀ ਸੀ ਕਿ ਛੋਰਾ ਵੇਚੀਰੇ ਵਾਲਿਆ ਸੱਦ ਕੇ ਤੇਰੇ ਜਾਵਾ ਵੇ ਸ਼ਾਲਾ ਤੂੰ ਜੀਵੇਂ ਡੋਲਾ ਤੇਰੀ ਖੈਰ ਮਨਾਵਾ ਵੇ ਸ਼ੋਰਾ ਵਿੱਚ ਈਰੇ ਵਾਲਿਆਂ ਸਾਥ ਵਿੱਚ ਤੂੰ ਲੁੱਡੀਆਂ ਪਾਉਨੇ ਵੱਜਦਾ ਏ ਢੋਲ ਵੇ ਮੈਨੂੰ ਤੂੰ ਜਾਪੇ ਜਿਵੇਂ ਪਹਿਲਾਂ ਪੋਸੀ ਮੋਰਵੇ ਉਹ ਮੇਰਾ ਵੀ ਜੀ ਪਿਆ ਕਰਦਾ ਮੇਰਾ ਵੀ ਚਿੱਤ ਪਿਆ ਕਰਦਾ ਸੰਗ ਤੇਰੇ ਆਵਾਂ ਵੇ ਸ਼ਾਲਾ ਤੂੰ ਜਿਵੇਂ ਡੋਲਾ ਤੇਰੀ ਖੈਰ ਮਨਾਵਾ ਵੇ ਸ਼ੋਰਾ ਵੇ ਚੀਰੇ ਵਾਲਿਆਂ ਵਾਹ ਜੀ ਵਾਹ ਔਰ ਲੁੱਡੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਲੁੱਡੀ ਦੇ ਵਿੱਚ ਜਿਹੜੇ ਗਹਿਣੇ ਗੱਟੇ ਨੇ ਉਹ ਜਾਂ ਕੱਪੜੇ ਨੇ ਉਹ ਪਹਿਰਾਵਾ ਕਿਹੋ ਜਿਹਾ ਹੁੰਦਾ ਅਸਲ 'ਚ ਜਦੋਂ ਪਹਿਰਾਵੇ ਦੀ ਵਗਰਾ ਆਪਾਂ ਗੱਲ ਕਰਦੇ ਹਾਂ ਤਾਂ ਪਹਿਰਾਵਾ ਤਾਂ ਪਹਿਲੋ ਤਾਂ ਕੋਈ ਇੰਨਾ ਹੈ ਇਹਦੀ ਹੈ ਨਹੀਂ ਸੀ ਆਪਾਂ ਬੇਸਿਕਲੀ ਗਏ ਭੰਗੜੀ ਦੀ ਵੀ ਆਪਾਂ ਗੱਲ ਕਰਦੇ ਆਂ ਤੇ ਪਹਿਰਾਵੇ ਦੀ ਤੇ ਪਹਿਰਾਵਾ ਪਹਿਲੇ ਤੇ ਚਾਦਰਾਂ ਲਾ ਲੈਣਾ ਹੂੰ ਹੂੰ ਚਾਦਰਾਂ ਲਾ ਕੇ ਤੇ ਲੱਕ ਤੇ ਘੁੰਗਰੂ ਬੰਨ ਲੈਣੇ ਜੀ ਤੇ ਸਿਰ ਤੇ ਮਡਾਸਾ ਮਾਰ ਲੈਣਾ ਜੀ ਤੇ ਉਹ ਭੰਗੜਾ ਜੀ ਉਹੀ ਇੱਕ ਸੀ ਤੇ ਫਤੂਹੀ ਪਾ ਲੈਣੀ ਜਾਂ ਉਹ ਇੱਕ ਭੰਗੜਾ ਸੀ ਹੌਲੀ ਹੌਲੀ ਜਦੋਂ ਇਹ ਸਟੇਜੀਕਰਨ ਹੋਇਆ ਲੋਕ ਨੱਚਾਂ ਦਾ ਤੇ ਜਦੋਂ ਫਿਰ ਇਹਨੂੰ ਵਰਦੀ ਨੂੰ ਵੀ ਇੱਕ अहमियत ਦੇਣੀ ਸ਼ੁਰੂ ਕੀਤੀ ਵੀ ਵਰਦੀ ਕੀ ਹੋਣੀ ਚਾਹੀਦੀ ਹੈ ਤੇ ਜਦੋਂ ਅਸੀਂ ਲੁੱਡੀ ਦੀ ਸਟੇਜਾਂ ਦੇ ਉੱਤੇ ਦੇਖਿਆ ਵੀ ਅਸੀਂ 2006 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਸਟਾਰਟ ਕੀਤੀ ਜੀ ਮਤਲਬ ਇਹ ਕੰਪੀਟੀਸ਼ਨ ਦੇ ਉਹਦੇ ਵਿੱਚ ਪਾਈ ਜੀ ਤੇ ਉਸ ਟਾਈਮ ਜਿਹੜੀ ਲੁੱਡੀ ਸੀਗੀ ਤੇ ਉਹ ਲੁੱਡੀ ਦੇ ਵਿੱਚ ਅਸੀਂ ਦੋ ਫਰਲਿਆਂ ਵਾਲੀ ਪੱਗ ਜੀ ਚੀਰਾ ਜਿਹਨੂੰ ਅਸੀਂ ਚੀਰਾ ਵੀ ਕਹਿ ਲੈਂਦੇ ਆ ਜੀ ਤੇ ਅਸੀਂ ਡੱਬੀਆਂ ਵਾਲਾ ਕੁਰਤਾ ਡੱਬੀਆਂ ਵਾਲੀ ਚਾਦਰਾਂ ਤੇ ਮੋਢੇ ਸਾਫਾ ਸੀ ਹੂੰ ਹੂੰ ਤੇ ਪੈਰਾਂ 'ਚ ਘੁੰਗਰੂ ਸੀ ਹੂੰ ਗਲ ਦੇ ਵਿੱਚ ਕੈਂਠੀ ਸੀ ਸਾਡੇ ਜੀ ਜੀ ਤੇ ਇਹ ਸਾਡਾ ਉਸ ਟਾਈਮ ਸੀ ਉਸ ਤੋਂ ਬਾਅਦ ਫਿਰ ਹਰੇਕ ਯੂਨੀਵਰਸਿਟੀਆਂ ਨੇ ਮਿਲ ਕੇ ਇੱਕ ਰੂਲ ਬਣਾ ਲਏ ਉਹਦੇ ਵਿੱਚ ਇਹਨਾਂ ਨੇ ਕਿਹਾ ਤਾਂ ਜੀ ਕਲੀਆਂ ਵਾਲਾ ਕੁਰਤਾ ਹੋਣਾ ਚਾਹੀਦਾ ਠੀਕ ਹੈ ਜੀ ਉਹ ਕੁਰਤਾ ਡੱਬੀਆਂ ਵਾਲਿਆਂ ਤੋਂ ਫਿਰ ਕਲੀਆਂ ਵਾਲਾ ਕੁਰਤਾ ਹੋ ਗਿਆ ਜੀ ਉਹਦੇ ਵਿੱਚ ਫਿਰ ਕਲੀਆਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਤੁਸੀਂ ਚਾਹੇ 4 ਪੋਵਾਲੋ ਚਾਹੇ 18 ਪੋਵਾਲੋ ਹੂੰ ਠੀਕ ਹੈ ਜੀ ਚਾਹੇ ਤੁਸੀਂ 52 ਕਲੀਆਂ ਪਵਾ ਲਓ ਉਹ ਕਲੀਆਂ ਦੇ ਤੇ ਫਿਰ ਉਹ ਹੋ ਗਈ ਖੇਡ ਸਾਰੇ ਹੌਲੀ ਹੌਲੀ ਫਿਰ ਉਹ ਚਾਦਰਾਂ ਵੀ ਜਿਹੜਾ ਸੀ ਡੱਬੀਆਂ ਵਾਲੇ ਤੋਂ ਪੱਟੇਦਾਰ ਚਾਦਰ ਆ ਗਿਆ ਜੀ ਤੇ ਉਹ ਲਾਈਨਾਂ ਦੇ ਵਿੱਚ ਚਾਦਰਾਂ ਹੁੰਦਾ ਹੈ ਉਹ ਪੱਟੇਦਾਰ ਤੇ ਉਹ ਹੁਣ ਸਟੇਜਾਂ ਤੇ ਉਹ ਪੈਂਦਾ ਹੈ ਹਮਮ ਤੇ ਹੁਣ ਇਹ ਜਿਹੜੇ ਹੌਲੀ 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 ਸਮੇਂ ਦੇ ਨਾਲ ਕਾਫੀ ਚੇਂਜ ਆ ਗਿਆ ਉਹ ਪੰਗੜੇ ਦੀ ਵਰਦੀ ਜਿਹੜੀ ਸੀਗੀ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਫਰਲ ਜਿਹੜੇ ਲਗਾਉਂਦੇ ਸੀ ਆਪਣੇ ਉਹ ਵੀ ਨਹੀਂ ਹੁੰਦੇ ਸੀਗੇ ਹੈਨਾ ਉਸ ਤੋਂ ਬਾਅਦ ਫਿਰ ਲਾਣ ਲਾਪੇ ਉਹ ਨਕਲੀ ਜੇ ਉਸ ਤੋਂ ਵੀ ਨਕਲੀ ਵੀ ਨਹੀਂ ਸੀ ਉਹ ਮਤਲਬ ਗੋਟੇ ਉੱਤੇ ਲੱਗੇ ਹੁੰਦੇ ਸੀਗੇ ਆਪਾਂ ਨਕਲੀ ਕਹਤਾ ਮੈਂ ਤੇ ਉਹ ਗੋਟੇ ਹੁੰਦੇ ਸੀਗੇ ਤੇ ਹੁਣ ਮਤਲਬ ਬਿਲਕੁਲ ਹੀ ਮਾਵੇ ਵਾਲੀ ਪੱਗਾ ਵਿੱਚੋਂ ਹੀ ਆਪਾਂ ਫਰਲਾ ਕੱਢਦੇ ਹਾਂ ਵਿੱਚੋਂ ਹੀ ਅਸੀਂ ਬਣਾ ਦਿੰਦਾ ਉਹਨੂੰ ਤੇ ਉਹ ਪੱਗਾਂ ਦੀ ਵੀ ਜਿਹੜੀ ਹੈਗੀ ਆ ਜਿਹੜੀ ਗੱਲ ਮੈਨੂੰ ਜਿਹੜੀ ਮੇਰੀ ਰਿਸਰਚ ਦੇ ਵਿੱਚ ਆਈ ਹੈ ਕਿ ਪੱਗ ਜਿਹੜੀ ਅਸਲ 'ਚ ਬਨਦੇ ਸੀਗੇ ਅਸੀਂ ਜਿਹੜੇ ਜਿੰਨੀਆਂ ਵੀ ਅਸੀਂ ਲੋਕਨਾਚਾਂ ਨਾਲ ਪੱਗਾਂ ਵੀ ਬੰਨਦੇ ਆ ਜੀ ਜੀ ਉਹ ਪੱਗਾਂ ਦੀ ਵੀ ਜਿਹੜੀ ਮਹੱਤਤਾ ਹੈਗੀ ਹੈ ਉਹ ਕੀ ਹੈ ਅਸਲ 'ਚ ਜਿਹੜੀ ਆਪਾਂ ਲੁੱਡੀ ਦੀ ਪੱਗ ਬੰਨਦੇ ਆ ਜੀ ਉਹ ਕਹਿੰਦੇ ਨੇ ਜੀ ਕਿ ਪਿੰਡ ਦੇ ਵਿੱਚ ਜਿਹੜਾ ਮੋਤਵਾਰ ਸਭ ਤੋਂ ਵੱਡਾ ਉਹ ਇਹ ਪੱਗ ਬੰਨ੍ਹਦਾ ਸੀ ਤੇ ਦੂਸਰੀ ਗੱਲ ਸਾਡੇ ਉਸਤਾਦ ਗਰੀਬਦਾਸ ਜੀ ਨੇ ਇੱਕ ਗੱਲ ਦੱਸੀ ਸੀ ਕਹਿੰਦੇ ਵੀ ਤੁਸੀਂ ਪਿੰਡ ਦੇ ਵਿੱਚ ਇੱਕ ਪੁੱਤਰਿਆ ਹੋਇਆ ਸਾਂਹ ਦੇਖਦੇ ਆ ਤੁਸੀਂ ਦੇਖੋ ਉਹਦੇ ਸਿੰਘ ਮਿੱਟੀ ਚੱਕੀ ਹੁੰਦੀ ਹੈ ਕਹਿੰਦੇ ਵੀ ਉਹ ਕਿਸੇ ਦੇ ਕੋਲ ਦੱਬਦਾ ਨਹੀਂ ਹੈਗਾ ਅਸਲ 'ਚ ਜਿਹੜੇ ਦੋ ਫਰਲੇ ਆ ਕਹਿੰਦੇ ਇਹ ਉਹਦੀ ਨਿਸ਼ਾਨੀ ਹੈ ਉਹਦੀ ਨਿਸ਼ਾਨੀ ਹੈ ਠੀਕ ਹੈ ਜੀ ਇਸੇ ਤਰੀਕੇ ਜਿਹੜੀ ਭੰਗੜੇ ਵਾਲੀ ਪੱਗਾ ਹੋਰ ਪੈਲ ਪਾਉਂਦਾ ਹੈ ਬਿਲਕੁਲ ਉਹਦੀ ਪੈਲ ਨੂੰ ਪੇਸ਼ ਕਰਦੇ ਹਾਂ ਬਿਲਕੁਲ ਅਸੀਂ ਹੋਰ ਵੀ ਬਹੁਤ ਕੁਝ ਹੈ ਜਿਹੜਾ ਤੁਹਾਡੇ ਕੋਲੋਂ ਜਾਨਣਾ ਹੈ ਪਰ ਸਾਡੇ ਦੂਰਦਰਸ਼ਨ ਦੇ ਵਿੜੇ ਵਿੱਚ ਸਾਡੇ ਕੋਲ ਬਹੁਤ ਸਾਰਾ ਖਜ਼ਾਨਾ ਪਿਆ ਹੈ ਸਾਡੇ ਲੋਕ ਨਾਚਾਂ ਦਾ ਖਾਸ ਤੌਰ ਤੇ ਪੰਜਾਬੀ ਲੋਕ ਨਾਚਾਂ ਦਾ ਤਾਂ ਉਹਦੇ ਵਿੱਚੋਂ ਇੱਕ ਝੂਮਰ ਜਿਹੜਾ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੇ ਹਾਂ ਸੋ ਆਓ ਵੇਖਦੇ ਹਾਂ ਜੀ ਜੀਓ ਜੀ ਇਸ ਰਿਲੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਔਰ ਅੱਜ ਦਾ ਵਿਸ਼ਾ ਹੈ ਪੰਜਾਬੀ ਲੋਕ ਨਾਚ ਔਰ ਸਾਡੇ ਕੋਲ ਮਾਹਿਰ ਮਹਿਮਾਨ ਜਿਹੜੇ ਆਏ ਨੇ ਪਿਛਲੇ 15 ਸਾਲਾਂ ਤੋਂ ਸਾਡੇ ਹਾਰ ਸ਼ਿੰਗਾਰ ਔਰ ਨਾਲ ਦੇ ਨਾਲ ਸਾਡੇ ਇਹਨਾਂ ਪੰਜਾਬੀ ਲੋਕ ਨਾਚਾਂ ਉਤੇ ਹੀ ਰਿਸਰਚ ਕਰ ਰਹੇ ਨੇ ਪ੍ਰਵੇਸ਼ ਕੁਮਾਰ ਜੀ ਸੋ ਪ੍ਰਵੇਸ਼ ਕੁਮਾਰ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਸਟੂਡੀਓ ਦੇ ਵਿੱਚ ਪ੍ਰਵੇਸ਼ ਜੀ ਮੈਂ ਦੇਖ ਰਹੀ ਹਾਂ ਸਾਡੇ ਟੇਬਲ ਦੇ ਉੱਤੇ ਬਹੁਤ ਕੁਝ ਪਿਆ ਹੈ ਔਰ ਉਹਦੇ ਵਿੱਚੋਂ ਇੱਕ ਅਸੀਂ ਗੱਲ ਕਰਦੇ ਆਂ ਹਾਰ ਸ਼ਿੰਗਾਰ ਦੀ ਸੱਗੀ ਫੁੱਲ ਦੀ ਕਿਉਂਕਿ ਤੁਸੀਂ ਮਰਦਾ ਦੇ ਨਾਚਾਂ ਦੀ ਤਾਂ ਗੱਲ ਕਰ ਲਈ ਔਰਤਾਂ ਦੇ ਵਿੱਚ ਹਜੇ ਬਹੁਤ ਸਾਰੇ ਰਹਿੰਦੇ ਨੇ ਸੋ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਸੱਗੀ ਫੁੱਲ ਹੁੰਦਾ ਇੱਕ ਸੱਗੀ ਫੁੱਲ ਦੇ ਨਾਲ ਇੱਕ ਹੋਰ ਚੋਕ ਜਾਂ ਇੱਕ ਚੋਕ ਨਾਮ ਦਾ ਹੁੰਦਾ ਵਾ ਇੱਕ ਸ਼ਾਇਦ ਦੋਨੋਂ ਸਿਰ ਤੇ ਹੀ ਲੱਗਦੇ ਨੇ ਉਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਹੈ ਉਹਦੇ ਬਾਰੇ ਜ਼ਰੂਰ ਦੱਸੋ ਹਾਂਜੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹ ਹੈਗੀ ਆ ਜੀ ਸੱਗੀ ਜੀ ਠੀਕ ਹੈ ਜੀ ਇਹ ਸੱਗੀ ਹੈ ਜੀ ਇਹ ਸੱਗੀ ਦੇ ਫੁੱਲ ਨੇ ਜੀ ਠੀਕ ਹੈ ਜੀ ਤੇ ਜੇ ਆਪਾਂ ਚੋਕ ਦੀ ਗੱਲ ਕਰਦੇ ਆਂ ਜੀ ਤੇ ਇਹ ਆ ਜੀ ਚੋਕ ਇਹ ਸੱਗੀ ਨਾਲੋਂ بڑا ਹੁੰਦਾ ਹੈ ਜੀ ਅੱਛਾ ਜੀ ਹਾਂ ਜੀ ਹਾਂ ਹਾਂ ਹੈ ਦੋਨੇ ਸਿਰ ਦੇ ਗਹਿਣੇ ਆ ਜੀ ਹੁਣ ਤੁਸੀਂ ਆਪਣੀ ਹੀਰ ਰਾਂਝਾ ਮੂਵੀ ਦੇਖੀ ਹੋਏਗੀ ਪ੍ਰਾਣੀ ਪ੍ਰਾਣੀ ਉਹਦੇ ਵਿੱਚ ਇਸ ਤਰ੍ਹਾਂ ਦੇ ਲੱਗੇ ਇਸਤੇਮਾਲ ਲੱਗੇ ਹੋਣ ਇਹ ਗਹਿਣਾ ਜਿਹੜਾ ਹੈਗਾ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਠੀਕ ਹੈ ਜੀ ਹੁਣ ਇਹ ਸਟੇਜਾਂ ਦੇ ਉੱਤੇ ਹੌਲੀ 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 ਆ ਰਿਹਾ ਆ ਰਿਹਾ ਹੈ ਇਸੇ ਤਰੀਕੇ ਕਈ ਗਹਿਣੇ ਹੋਰ ਵੀ ਨੇ ਕਿ ਜਿਹੜੇ ਹੁਣ ਅਸੀਂ ਸਟੇਜਾਂ ਦੇ ਉੱਤੇ ਜਿਵੇਂ ਆਰਸੀ ਹੈ ਨਾ ਸੁਣਵੇ ਮੁੰਡਿਆ ਸ਼ਮਲੇ ਵਾਲਿਆ ਨਾ ਤੇਰਾ ਬਖਸ਼ੀਸ਼ਾ ਵੇ ਲੈ ਜਾ ਮੇਰੀ ਆਰਸੀ ਜੜਾ ਲਿਆ ਇਸ ਸ਼ੀਸ਼ਾ ਹੁਣ ਉਹ ਆਰਸੀ ਅਸਲ 'ਚ ਕਿਸ ਕੰਮ ਹੁੰਦੀ ਸੀ ਆ ਆਰਸੀ ਹੈ ਜੀ ਜੀ ਅੱਛਾ ਇਹ ਤਾਂ ਸ਼ੀਸ਼ਾ ਵੀ ਲੱਗਾ ਹੋਇਆ ਹਾਂਜੀ ਹਾਂਜੀ ਇਹ ਅਸਲ 'ਚ ਕੀ ਹੁੰਦਾ ਸੀ ਪਹਿਲੇ ਲੇਡੀਜ਼ ਘੁੰਡ ਕੱਢਦੀਆਂ ਹੁੰਦੀਆਂ ਸੀ ਤੇ ਕੀ ਹੁੰਦਾ ਸੀ ਉਹ ਆਪਣੇ ਸਾਡਾ ਮੇਰਾ ਕੱਜਲ ਨਾ ਫੈਲ ਜੇ ਜਾਂ ਕੋਈ ਸੁਰਖੀ ਨਾ ਖਰਾਬ ਤੇ ਇਹਨੂੰ ਅੰਗੂਠੇ ਦੇ ਵਿੱਚ ਇਸ ਤਰ੍ਹਾਂ ਪਾਣਾ ਤੇ ਇੱਥੋਂ ਏਦਾਂ ਇਹਨਾਂ ਨੇ ਦੇਖ ਲੈਣਾ ਜੀ ਘੁੰਡ ਦੇ ਵਿੱਚੋਂ ਹੀ ਇਹ ਇਹ ਇਸ ਖਾਸ ਗਾਣਾ ਪਰਪਸ ਇਸ ਵਾਸਤੇ ਸੀ ਯਾਰ ਜੀ ਜੀ ਤੇ ਇਹ ਮੈਂ ਇੱਕ ਜਿਹੜੀ ਮੈਨੂੰ ਬੜੀ ਮਜ਼ੇਦਾਰ ਗੱਲ ਲੱਗੀ ਹੈ ਪਤਾ ਜਿਹੜੀ ਮੇਰੀ ਰਿਸਰਚ ਦੇ ਵਿੱਚੋਂ ਆ ਕਿ ਜਦੋਂ ਤੀਆਂ ਦਾ ਸੰਧਾਰਾ ਹੁੰਦਾ ਸੀ ਤੇ ਜੇ ਕੋਈ ਜੇ ਵੱਡਾ ਵੀਰ ਗਿਆ ਏ ਪਹਿਲੀ ਵਾਰੀ ਆਪਣੀ ਉਹਦੇ ਭੈਣ ਭੈਣ ਕੋਲ ਤੇ ਜਿਹੜੀ ਆਰਸੀ ਉਹ ਵੱਡਾ ਲੈ ਕੇ ਜਾਂਦਾ ਸੀ ਅੱਛਾ ਜੀ ਆਪਣੀ ਭੈਣ ਵਾਸਤੇ ਭੈਣ ਵਾਸਤੇ ਤੇ ਜੇ ਛੋਟਾ ਗਿਆ ਏ ਤੇ ਉਹ ਫਿਰ ਆ ਦੇਖੋ ਇਹ ਮਛਲੀ ਇਹ ਮਛਲੀ ਹੈ ਹਾਂਜੀ ਨੱਕ ਦਾ ਗਾਣਾ ਉਹ ਇਹ ਫਿਰ ਅੱਛਾ ਜੀ ਮਛਲੀ ਲੈ ਕੇ ਹੂੰ ਹੂੰ ਜਾਂਦਾ ਸੀਗਾ ਜੀ ਇਹ ਵੀ ਜਿਹੜਾ ਗਹਿਣਾ ਹੈ ਹੁਣ ਅਲੋਪ ਹੋਇਆ ਹੋਇਆ ਗਹਿਣਾ ਜਿਹੜਾ ਹੌਲੀ ਹੌਲੀ ਸਟੇਜਾਂ ਤੇ ਆ ਰਿਹਾ ਹੈ ਤੇ ਇਹ ਜਿਹੜੇ ਛੋਟੇ ਛੋਟੇ ਛੋੜੇ ਇਸ ਤਰ੍ਹਾਂ ਦੇ ਕਿ ਜਿਹੜੇ ਸੋ ਪ੍ਰਕਾਸ਼ ਹੋ ਤੋਂ ਤੇਰੇ ਸੋ ਤੋਂ ਉੱਤੇ ਟਾਈਪ ਦੇ ਗਹਿਣੇ ਆ ਜੀ ਪੰਜਾਬ ਪੰਜਾਬ ਬਣਦੇ ਇੱਕ ਦੇ ਜੀ ਤੇ ਜਿਹੜੇ ਹਾਰ ਸ਼ਿੰਗਾਰ ਅਸੀਂ ਗਿੱਧਿਆਂ ਦੇ ਵਿੱਚ ਦੇਖ ਲੈਂਦੇ ਆ ਜਿਵੇਂ ਸ਼ਿੰਗਤ ਵੀ ਤਤਵੀਤ ਹੋ ਗਏ ਹੈਗੇ ਮੋਹਰਾ ਹੋ ਗਈਆਂ ਸੋਕੜ ਮੋਹਰਾ ਹੋ ਗਈਆਂ ਜੀ 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 ਹੈਨਾ ਹਾਸ ਹੋ ਗਿਆ ਹੁਣ ਇਹ ਹਾਸ ਹੈ ਜੀ ਜੀ ਇਹ ਹੱਸੇ ਜੀ ਗਲੇ ਦਾ ਇਸੇ ਤਰੀਕੇ ਇਹ ਹਸੀਆਂ ਨੇ ਜੀ ਹੂੰ 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 ਜਿਹੜੀਆਂ ਅਸੀਂ ਜਿਹੜਾ ਇੱਕ ਹੈ ਉਹ ਹੱਸਾ ਹੈ ਜਿਹਦੇ ਵਿੱਚ ਜ਼ਿਆਦਾ ਨੇ ਉਹ ਹਸੀਆਂ ਨੇ ਜੀ ਇਹ ਹਾਰ ਦੀ ਤਰ੍ਹਾਂ ਹੁੰਦਾ ਹੈ ਜੀ ਹੂੰ ਹੂੰ ਤੇ ਇਹ ਤੇ ਇਹ ਤੇ ਇਹ ਦੋਨੋਂ ਗਹਿਣੇ ਇਕੱਠੇ ਪਾਏ ਜਾਂਦੇ ਨੇ ਹਾਂਜੀ ਇਹ ਇਕੱਠੇ ਪਾ ਸਕਦੇ ਆ ਜੀ ਜੀ ਗਹਿਣੇ ਤਾਂ ਜਿੰਨੇ ਔਰਤਾਂ ਕਹਿੰਦੀਆਂ ਸੀ ਉਨਾਂ ਹੀ ਜਿੰਨਾ ਮੇ ਅਜਨ ਹੋਣੇ ਥੋੜੇ ਆ ਥੋੜੇ ਅਜੀ ਗਏ ਬਿਲਕੁਲ ਜੀ ਬਿਲਕੁਲ ਔਰ ਗੱਲ ਕਰਦੇ ਆ ਜਦੋਂ ਅਸੀਂ ਆਪਣੇ ਲੋਕਨਾਚ ਗਿੱਧੇ ਦੀ ਤੇ ਗਿੱਧਾ ਜਿਹੜਾ ਵੈ ਉਹ ਵੀ ਸਾਡੇ ਇੱਕ ਬਹੁਤ ਹੀ ਵੱਡਾ ਹਿੱਸਾ ਹੈ ਸਾਡੇ ਜੀਵਨ ਦਾ ਕਿਉਂਕਿ ਉਹਰੇ ਤੋਂ ਬਗੈਰ ਕਹਿੰਦੇ ਨੇ ਕਿ ਸਾਡੇ ਸਾਰੇ ਜਿਹੜੇ ਤਿਉਹਾਰ ਨੇ ਉਹ ਅਧੂਰੇ ਮੰਨੇ ਜਾਂਦੇ ਨੇ ਔਰ ਅੱਜ ਅਸੀਂ ਦੇਖਦੇ ਆਂ ਅੱਜ ਦੇ ਦੌਰ ਦੇ ਵਿੱਚ ਸਾਡੇ ਜਿਹੜਾ ਇਹ ਲੋਕ ਨਾਚ ਹੈਗਾ ਵੈ ਇਹ ਬਹੁਤ ਜ਼ਿਆਦਾ ਮਕਬੂਲ ਹੋ ਚੁੱਕਾ ਹੈ ਔਰ ਮੈਨੂੰ ਲੱਗਦਾ ਕਿ ਉਹ ਕੁੜੀ ਸੰਪੂਰਨ ਨਹੀਂ ਮੰਨੀ ਜਾਂਦੀ ਜਿਹਨੂੰ ਗਿੱਧੇ ਬਿਲਕੁਲ ਬਿਲਕੁਲ ਤਾਂ ਗਿੱਦੇ ਦੀ ਕੋਈ ਇਹੋ ਜਿਹੀ ਕਹਾਣੀ ਕੋ ਜਿਹੋ ਜਿਹੀ ਸੋਚ ਜਿਹੜੀ ਮਤਲਬ ਪੁਰਾਤਨ ਕਾਲ ਤੋਂ ਚੱਲਦੀ ਆ ਰਹੀ ਹੈ ਕਿਵੇਂ ਇਹ ਜੜੀ ਦੀ ਸ਼ੁਰੂਆਤ ਹੋਈ ਹੈ ਅਸਲ ਜੇ ਆਪਾਂ ਕਿਤਾਬਾਂ ਵੱਲ ਦੇਖੀਏ ਆਪਾਂ ਕਿਤਾਬਾਂ ਚੋਂ ਪੜ੍ਹੀਏ ਇਹਦੇ ਬਾਰੇ ਤੇ ਇਹਦੇ ਬਾਰੇ ਆਪਾਂ ਨੂੰ ਤਿੰਨ ਇੱਕ ਸਟੋਰੀਆਂ ਮਿਲਦੀਆਂ ਨੇ ਦੰਦ ਕਥਾਵਾਂ ਜਨ ਉਹਨੂੰ ਆਪਾਂ ਕਹਿ ਦਿੰਦੇ ਆ ਹਮਮ ਪਹਿਲੀ ਤਾਂ ਇੱਕ ਗਿੱਦੋ ਤੇ ਸਮੋਨਾ ਦੀ ਕਹਿੰਦੇ ਦੋ ਕੁੜੀਆਂ ਹੁੰਦੀਆਂ ਸੀਗੀਆਂ ਹਮਮ ਤੇ ਉਹ ਉਹਨਾਂ ਦੇ ਪਿੰਡ ਦੇ ਛੱਪੜ ਤੇ ਪਰੀਆਂ ਨਹਾਣ ਆਉਂਦੀਆਂ ਸੀਗੀਆਂ ਹਮ ਤੇ ਉਹ ਜੀ ਉਹਨਾਂ ਨੂੰ ਪਤਾ ਲੱਗ ਗਿਆ ਪਿੰਕ ਲੱਗ ਗਈ ਵੀ ਹਾਂ ਵੀ ਇੱਥੇ ਪਰੀਆਂ ਨਹਾਣਾ ਦੀਆਂ ਐ ਤੇ ਉਹ ਉਹਨਾਂ ਨੇ ਕੀ ਕਰਨਾ ਜਦੋਂ ਉਹ ਨਹਾਣਾ ਹੀ ਆ ਤੇ ਉਹਨਾਂ ਦੇ ਕੱਪੜੇ ਚ ਚੋਰੀ ਕਰ ਲੈ ਜੀ ਤੇ ਉਹ ਫਿਰ ਕਹਿੰਦੇ ਵੀ ਸਾਡਾ ਵਾਪਸ ਅਸੀਂ ਆਪਣੇ ਇੰਦਰ ਲੋਕੇ ਜਾਣਾ ਹੈ ਹਮ ਪਰੀਆਂ ਕਹਿੰਦੀਆਂ ਉਹਨਾਂ ਨੂੰ ਵੀ ਤੁਸੀਂ ਸਾਨੂੰ ਸਾਡੇ ਕੱਪੜੇ ਵਾਪਸ ਕਰ ਦਿਓ ਉਹ ਕਹਿੰਦੀਆਂ ਕਿ ਨਹੀਂ ਕਹਿੰਦੀ ਵੀ ਸਾਨੂੰ ਪਹਿਲੋ ਨਾਚ ਸਿਖਾਓ ਆਪਣਾ ਜਿਹੜਾ ਤੁਸੀਂ ਨਾਚ ਨੱਚਦੀਆਂ ਨੇ ਜੀ ਫਿਰ ਇਹ ਕਹਿੰਦੇ ਜੀ ਇਹ ਪਰੀਆਂ ਨੇ ਗਿੱਧੋ ਤੇ ਸੰਮੋ ਨੂੰ ਨਾਚ ਸਿਖਾਇਆ ਹੈ ਨਾ ਇਹ ਕਹਿੰਦੇ ਫਿਰ ਗਿੱਦੇ ਗਿੱਦੋ ਤੋਂ ਗਿੱਦਾ ਬਣਿਆ ਸਮੋ ਤੋਂ ਸਮੀ ਬਣੀ ਫਿਰ ਇਸੇ ਤਰੀਕੇ ਹੀ ਇੱਕ ਹੋਰ ਇੱਕ ਇਦਾਂ ਹੀ ਇੱਕ ਸਟੋਰੀ ਹੈ ਉਹ ਕਹਿੰਦੇ ਵੀ ਇੱਕ ਦੋ ਕੁੜੀਆਂ ਸੀ ਗਿੱਦਾਂਾਂ ਦੀ ਇੱਕ ਕੁੜੀ ਸੀ ਗਿੱਦੋ ਦੀ ਉਹ ਉਹਨਾਂ ਨੇ ਇਸ ਤਰ੍ਹਾਂ ਉਹ ਸੀਗੀਆਂ ਉਹ ਕਹਿੰਦੇ ਅਪਸਰਾ ਕਨਾਣਾ ਦੀ ਸੀ ਉਹ ਕਹਿੰਦੀ ਕਿ ਉੱਥੇ ਨੱਚਦੀ ਸੀ ਉਹ ਕਹਿੰਦੀ ਕਿ ਮੈਨੂੰ ਵੀ ਆਪਣਾ ਇਹ ਨਾਚ ਸਿਖਾ ਤੇ ਜਿਹੜੀ ਤੂੰ ਇੰਦਰ ਲੋਕ ਦੇ ਵਿੱਚ ਨਾਚ ਨੱਚਦੀਆਂ ਤੇ ਫਿਰ ਉਹ ਨਾਚ ਉਹਨੇ ਸਿਖਾਇਆ ਸਿਖਾਇਆ ਸਗਾ ਜੀ ਠੀਕ ਹੈ ਇਹ ਉਤੋਂ ਵੀ ਕਹਿੰਦੇ ਵੀ ਗਿੱਧਾ ਇੱਕ ਫੇਰ ਕਹਿੰਦੇ ਗਿੱਧੇ ਨਾਂ ਦੀ ਕੁੜੀ ਹੁੰਦੀ ਸੀ ਉਹਨੇ ਉਹ ਇੰਨਾ ਕ ਸੋਹਣਾ ਨੱਚਦੀ ਸੀ ਉਦੋਂ ਤੋਂ ਇਹ ਗਿੱਧਾ ਬਣ ਗਿਆ ਅਸਲ 'ਚ ਜਿਹੜੀ ਹੈਗੀ ਹੈ ਗਿੱਧਾ ਇੱਕ ਤਾੜੀ ਅੱਡੀ ਤੇ ਤਾੜੀ ਦਾ ਸੁਮੇਲ ਹੈ ਜੀ ਗਿੱਧਾ ਮਤਲਬ ਕਲਾਪ ਜੀ ਤੇ ਨਾਲ ਅੱਡੀ ਦੀ ਜਿਹੜੀ ਧਮਕ ਹੈ ਜੀ ਅਸਲ 'ਚ ਗਿੱਧਾ ਆਇਆ ਸਟੋਰੀਆਂ ਤਾਂ ਇਹਦੇ ਤੇ ਕਾਫੀ ਆ ਇਸ ਲਈ ਗੱਲ ਕਰੀਏ ਧਮਾਲ ਦੀ ਵੀ ਇੱਕ ਸਟੋਰੀ ਹੈ ਇਸੇ ਜੀ ਕਿ ਉਹ ਸਟੋਰੀ ਹੈ ਕਿ ਤੁਸੀਂ ਸੁਣਿਆ ਹੋਵੇਗਾ ਅਲੀ ਸ਼ਹਾਬਾਜ ਕਲੰਦਰ ਦਮਾਦ ਮਸਤ ਕਲੰਦਰ ਹੈ ਨਾ ਇਹ ਅਸਲ ਚ ਸ਼ਹਾਬਾਜ ਕਲੰਦਰ ਇੱਕ ਬੁੱਧ ਉੱਚ ਦੇ ਪੀਰ ਹੋਏ ਨੇ ਉਹ ਪੀਰ ਦੇ ਜਿਹੜੇ ਸਗੇ ਉਹਨਾਂ ਨੇ ਉਹਨਾਂ ਦਾ ਇੱਕ ਸ਼ਾਗਿਰਦ ਸੀ ਹਮ ਬੋਦਲਾ ਬਹਾਰ ਜੀ ਉਹ ਕਹਿੰਦੇ ਕਿ ਬੋਦਲਾ ਬਹਾਰ ਤੇ ਜਿਹੜੇ ਸ਼ਹਾਬਾਜ ਕਲੰਦਰ ਸਗੇ ਸ਼ਹਾਬਾਜ ਕਲੰਦਰ ਆਪਣਾ ਕੋਈ ਪੈਰ ਚ ਜੁੱਤੀ ਨਹੀਂ ਸੀ ਪਾਉਂਦੇ ਕੋਈ ਕੁਝ ਨਹੀਂ ਸੀ ਉਹ ਇਸ ਤਰ੍ਹਾਂ ਹੀ ਦੌੜਦੇ ਸਗੇ ਰੇਤਾਂ ਦੇ ਰੇਤ ਦੇ ਉੱਤੇ ਉਹ ਉਹ ਆਪਣੇ ਆਪ ਨੂੰ ਬਾਜੋ ਝਾੜੀਆਂ ਦੇ ਨਾਲ ਮਾਰਦੇ ਸੀਗੇ ਅੱਛਾ ਜੀ ਅੱਲਾਹ ਦਾ ਇਬਾਦਤ ਕਰਨ ਦਾ ਉਹਨਾਂ ਦਾ ਤਰੀਕਾ ਸੀ ਤੇ ਜਿਹੜਾ ਬੋਦਲਾ ਬਹਾਰ ਸੀ ਉਹ ਵੀ ਉਹਨਾਂ ਨੂੰ ਦੇਖੋ ਦੇਖੀ ਲੱਗ ਗਿਆ ਕਿ ਜਦੋਂ ਮੇਰੇ মুর্ਸ਼ਦ ਕਰ ਰਹੇ ਤੇ ਮੈਂ ਕਿਉਂ ਨਾ ਕਰਾਂ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਦਿਨ ਫੇਰ ਪੁੱਛਿਆ ਕਹਿੰਦੇ ਵੀ ਤੁਸੀਂ ਇਹ ਜਿਹੜੀ ਕੀਤਾ ਹੈ ਵੀ ਤੁਸੀਂ ਇਹ ਕਰਦੇ ਕਿਉਂ ਉਹ ਕਹਿੰਦੇ ਮੈਂ ਤਾਂ ਆਪਣੇ ਪ੍ਰਮਾਤਮਾ ਨੇ ਜਿਹੜੇ ਮੇਰੇ نبی ਹੋਏ ਨੇ ਉਹਨਾਂ ਨੇ ਜਿਹੜੇ ਕਸ਼ਟ ਝੇਲੇ ਤੇ ਮੈਂ ਉਹ ਆਪਣੇ ਸਰੀਰ ਤੇ ਕਸ਼ਟ ਲੈ ਰਿਹਾ ਕਿ ਉਹਨਾਂ ਨੇ ਸਾਡੇ ਲਈ ਕਿੰਨੇ ਕਸ਼ਟ ਝੇਲੇ ਤੇ ਅਸੀਂ ਅਸੀਂ ਮਤਲਬ ਮੈਂ ਉਸ ਨੂੰ ਇੱਕ ਹੰਡਾਉਣਾ ਚਾਹੁੰਦਾ ਹਾਂ ਹਮ ਤੇ ਉਹ ਉਹਨੂੰ ਉਹਨੂੰ ਜ਼ਰੀयत ਕਰਨਾ ਕਹਿੰਦੇ ਸੀ ਜੀ ਉਹ ਫਿਰ ਹੌਲੀ ਹੌਲੀ ਬੋਦਲਾ ਬਹਾਰ ਨੇ ਜ਼ਰੀਤ ਨੂੰ ਫਿਰ ਉਹਨੂੰ ਕਹਿੰਦੇ ਵੀ ਉਹਨੂੰ ਹੌਲੀ ਹੌਲੀ ਧਮਾਲ ਕਹਿਣ ਲੱਗ ਪਏ ਉਸ ਚੀਜ਼ ਨੂੰ ਉਹ ਅੱਗੇ ਵਾਧਾ ਅਦਾ ਹਾਂਦਾ ਧਮਾਲ ਬਣ ਗਿਆ ਉਹ ਫਿਰ ਉਹ ਧਮਾਲ ਨੱਚਣ ਵਾਲਿਆਂ ਨੂੰ ਧਮਾਲ ਹੀ ਕਹਿਣ ਲੱਗ ਪਏ ਬਿਲਕੁਲ ਜੀ ਆਰ ਜੇਸੀ ਗੱਲ ਕਰਦੇ ਆ ਪ੍ਰਵੇਸ਼ ਜੀ ਪ੍ਰੈਕਟੀਕਲ ਤੇ ਥ੍ਰੈਟਿਕਲ ਕਿਉਂਕਿ ਤੁਸੀਂ ਪੜਿਆ ਵੀ ਹੋਣਾ ਗਿੱਧੇ ਪੰਗੜੇ ਦੇ ਬਾਰੇ ਕਿਤਾਬਾਂ ਦੇ ਵਿੱਚ ਉਹ ਤਾਂ ਇੱਕ ਲਿਖਿਆ ਹੋਇਆ ਪਾਟਿਆ ਹਿੱਸਾ ਆ ਪਰ ਜਦੋਂ ਅਸੀਂ ਗੱਲ ਕਰਦੇ ਆ ਆਪਣੇ ਇਸ ਨੂੰ ਆਪਣੇ ਉੱਤੇ ਅਸੀਂ ਇੰਪਲੀਮੈਂਟ ਕਰਦੇ ਆ ਆਪਣੇ ਉੱਤੇ ਜਿਉਂਦੇ ਆ ਜਦੋਂ ਅਸੀਂ ਗਿੱਧੇ ਪੰਗੜੇ ਨੂੰ ਉਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਅੰਤਰ ਵੇਖਦੇ ਹੋ ਤੁਸੀਂ ਅਸਲ ਦੇ ਵਿੱਚ ਮੈਡਮ ਗੱਲ ਇਸ ਤਰ੍ਹਾਂ ਹੈ ਕਿ ਕਿਤਾਬੀ ਜਿਹੜੀ ਨੌਲੇਜ ਆ ਤੇ ਇੱਕ ਪ੍ਰੈਕਟੀਕਲੀ ਨੌਲੇਜ ਆ ਇਹ ਇੱਕ ਇਹੋ ਜਿਹਾ ਵਿਸ਼ਾ ਹੈ ਜਿਹੜਾ ਪ੍ਰੈਕਟੀਕਲੀ ਹੈ ਜੀ ਇਹ ਥਿਉਰੈਟੀਕਲੀ ਨਹੀਂ ਹੈ ਥਿਉਰੈਟੀਕਲ ਤਾਂ ਕਿਤਾਬਾਂ ਦੇ ਵਿੱਚ ਤਾਂ ਬਹੁਤ ਇਹੋ ਜੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿ ਜਿਹੜੀਆਂ ਅਗਰ ਪ੍ਰੈਕਟੀਕਲੀ ਅਸੀਂ ਕਰਦੇ ਆ ਤਾਂ ਉਹ ਉਸ ਤੇ ਪੂਰਨ ਹੁੰਦੀਆਂ ਹੀ ਨਹੀਂ ਹੈ ਜੀ ਬਿਲਕੁਲ ਕਈਆਂ ਨੇ ਤਾਂ ਇਹ ਜਿਵੇਂ ਹੁਣ ਮੈਂ ਤੁਹਾਨੂੰ ਸਟੋਰੀਆਂ ਸੁਣਾਈਆਂ ਕੀ ਆਪਾਂ ਸਟੋਰੀ ਸੁਣ ਕੇ ਸਾਨੂੰ ਗਿੱਧਾ ਨੱਚਣਾ ਸਾਨੂੰ ਕਿ ਸਿਰਫ ਬੈਕਗ੍ਰਾਉਂਡ ਥੋੜੀ ਪਤਾ ਲੱਗਦੀ ਆ ਹੋਣੀ ਜੀ ਅਸੀਂ ਜਦੋਂ ਗਿੱਧਾ ਨੱਚਦੇ ਆ ਜਾਂ ਕੋਈ ਹੋਰ ਵੀ ਲੋਕ ਨਾਚ ਨੱਚਦੇ ਆ ਕਿਤਾਬਾਂ ਦੇ ਵਿੱਚ ਤਾਂ ਲਿਖਿਆ ਜਾਂਦਾ ਜੀ ਇਸ ਤਰ੍ਹਾਂ ਹੁਣ ਮੈਨੂੰ ਇਹ ਦੱਸੋ ਵੀ ਜਿਵੇਂ ਆਪਾਂ ਕਹਿੰਦੇ ਵੀ ਸਾਈਕਲ ਚਲਾਉਣਾ ਹੈ ਜੇ ਆਪਾਂ ਕਹਿ ਲਈਏ ਵੀ ਆਪਾਂ ਸਾਈਕਲ ਦੇ ਉੱਤੇ ਹੈਂਡਲ ਫੜਿਆ ਜੀ ਹੈਂਡਲ ਫੜ ਕੇ ਜੇ ਆ ਤੇ ਉਸ ਦਿਨ ਆਪਾਂ ਕੀ ਉਹ ਪੜ ਕੇ ਆਪਾਂ ਚਲਾ ਲਾਂਗੇ ਬਿਲਕੁਲ ਠੀਕ ਹੈ ਨਾ ਪ੍ਰੈਕਟੀਕਲੀ ਇਹ ਜੋ ਅਸੀਂ ਪ੍ਰੈਕਟੀਕਲੀ ਕਰਦੇ ਆ ਜੋ ਸਾਡੇ ਸਾਡੇ ਕੋਚਸ ਹੋਗੇ ਜੋ ਸਾਡੇ ਡਰਮਰ ਹੋਗੇ ਜੋ ਸਾਨੂੰ ਸਿਖਾਇਆ ਜਾਂਦਾ ਹੈ ਜੋ ਸਾਨੂੰ ਦੱਸਿਆ ਜਾਂਦਾ ਹੈ ਹੂੰ ਹੂੰ ਉਹ ਅਸੀਂ ਜਿੰਨੀ ਦੇਰ ਤੱਕ ਕਰਾਂਗੇ ਨਹੀਂ ਵਾਰ-ਵਾਰ ਕਰਾਂਗੇ ਨਹੀਂ ਤਾਂ ਸਾਨੂੰ ਕਿੱਥੋਂ ਪਤਾ ਬਿਲਕੁਲ ਬਿਲਕੁਲ ਔਰ ਅਸੀਂ ਗੱਲ ਕਰਦੇ ਆ ਜਾਗੋ ਦੀ ਬਹੁਤ ਹੀ ਮਕਬੂਲ ਜਿਹੜੀ ਜਾਗੋ ਪੰਜਾਬ ਦਾ ਇੱਕ ਉਹ ਅਨਿੱਖੜਵਾਂ ਹਿੱਸਾ ਅਨਿੱਖੜਵਾਂ ਅੰਗ ਹੈ ਉਹਦੇ ਤੋਂ ਬਿਨਾਂ ਕਹਿੰਦੇ ਨੇ ਵਿਆਹ ਜਿਹੜੇ ਨੇ ਉਹ ਪੂਰਨ ਨਹੀਂ ਮੰਨੇ ਜਾਂਦੇ ਸੋ ਜਾਗੋ ਜਿਹੜੀ ਹੈ ਉਹ ਸਾਡੇ ਜੀਵਨ ਦੇ ਵਿੱਚ ਸਾਡੇ ਵਿਆਹਾਂ ਦੇ ਵਿੱਚ ਕਦੋਂ ਤੇ ਕਿਵੇਂ ਆ ਗਈ ਅਸਲ ਚ ਜਾਗੋ ਦੀ ਵੀ ਇਹ ਹੈ ਕਿ ਜਿਵੇਂ ਜਦੋਂ ਜਾਗੋ ਕੱਢੀ ਜਾਂਦੀ ਸੀ ਕਹਿੰਦੇ ਉਹ ਜਾਗੋ ਕੱਢਣ ਦਾ ਅਸਲੀ ਮਕਸਦ ਇਹ ਹੁੰਦਾ ਸੀ ਕਿ ਬਦਰੂਹਾਂ ਨੂੰ ਕਹੇ ਜਾਂਦਾ ਸੀ ਕਿ ਬਦਰੂਹਾਂ ਨੂੰ 네ਗਟਿਵਿਟੀ ਨੂੰ ਪਰਾ ਕਰਨਾ ਪਰਾ ਕਰਨਾ ਜੀ ਤੇ ਇਸ ਕਰਕੇ ਪਿੰਡ ਦੇ ਵਿੱਚ ਦੀਵੇ ਫੇਰੇ ਜਾਂਦੇ ਸਨ ਜਿਹੜੀ ਅਸਲ ਅਸਲ ਹੈਗੀ ਆ ਇਹ ਦੀਵੀਆਂ ਦੀ ਜਿਹੜੀ ਬਲਟ ਉਹੀ ਤੇ ਵੀ ਬਣਾ ਲਿੱਤੀ ਜਾਂਦੀ ਸੀ ਤੇ ਪ੍ਰਾਤਾਂ ਤੇ ਵੀ ਦੀਵੇ ਬਣਾ ਲਏ ਜਾਂਦੇ ਸੀਗੇ ਪਤੀਲੇ ਤੇ ਵੀ ਕਈ ਵਾਰੀ ਸੀ ਗਾਗਰ ਤੇ ਵੀ ਬਣਾ ਲਈ ਜਾਂਦੀ ਸੀ ਇਹਨਾਂ ਦੀ ਵੀ ਗਿਣਤੀ ਹੁੰਦੀ ਸੀ ਹੂੰ ਕੋਈ 11 ਦੀਵੇ ਵਾੜ ਲੈਂਦਾ ਹੈ ਕੋਈ ਸ਼ਗਨਾ ਦੇ 21 ਦੀਵੇ ਵਾੜ ਲੈਂਦਾ ਹੈ ਅਸਲ ਦੇ ਵਿੱਚ ਇਹ ਦੀਵੇ ਜਿਹੜੇ ਫੇਰਨੇ ਹੂੰ ਹੂੰ ਇੱਥੇ ਆਪਣੇ ਕਈ ਜਾਗੋ ਕਹਿ ਦਿੰਦੇ ਆ ਸਾਡੇ ਉਧਰ ਬਲਦੀਵੜੇ ਕਹਿ ਦਿੰਦੇ ਆ ਲੈ ਜਾ ਬੋਲੀ ਦਾ ਜਿਹੜਾ ਲੈ ਜਾਏ ਇਹ ਬਦਲ ਜਾਂਦਾ ਹੈ ਹੌਲੀ 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 ਚੇਂਜ ਹੋ ਜਾਂਦਾ ਹੈ ਜੀ ਜੀ ਬਿਲਕੁਲ ਹਾਂਜੀ ਹਾਂਜੀ ਤੇ ਅਸੀਂ ਜਦੋਂ ਗੱਲ ਕਰਦੇ ਹਾਂ ਤੁਸੀਂ ਕਿਹਾ ਜਿਵੇਂ ਵੈਸੇ ਕਹਿੰਦੇ ਨੇ ਕਿ ਪੰਜ ਕੋਹਾਂ ਤੇ ਪਾਣੀ ਵੀ ਬਦਲ ਜਾਂਦਾ ਤੇ ਨਾਲ ਦੇ ਨਾਲ ਬੋਲੀ ਵੀ ਭਾਸ਼ਾ ਵੀ ਜਿਹੜੀ ਸਾਡੀ ਉਹ ਬਦਲ ਜਾਂਦੀ ਹੈ ਤੁਸੀਂ ਗੱਲ ਕਰ ਰਹੇ ਹੋ ਸਾਡੇ ਜਾਗੋ ਦੀ ਸਾਡੇ ਦੀਵਿਆਂ ਦੀ ਹੈਨਾ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਉਹਦੇ ਨਾਲ ਨਾਲ ਭੰਗੜੇ ਦੀ ਕਿਉਂਕਿ ਉਹਦੇ ਵਿੱਚ ਵੀ ਭੰਗੜੇ ਚ ਸੀ ਇਹ ਵੇਖਦੇ ਹਾਂ ਕਿ ਇੱਕੋ ਦਮ ਤੇ ਇਹ ਜਿਹੜਾ ਨਿਖਾਰ ਜਾ ਇਹੋ ਜਿਹਾ ਬਦਲਾ ਜਿਹੜਾ ਪੰਗੜੇ ਦੇ ਵਿੱਚ ਨਹੀਂ ਆਇਆ ਹੋਣਾ ਹੌਲੀ ਹੌਲੀ ਜਿਹੜੀ ਚੀਜ਼ ਹੈ ਹਰੇਕ ਬਦਲੀ ਹੋਣੀ ਹੈ ਕਿਉਂਕਿ ਪੰਗੜੇ ਦੇ ਵਿੱਚ ਵੀ ਸਟੈਪ ਨਾਲ ਸਟੈਪ ਹੀ ਜੁੜੇ ਹੋਣੇ ਤਾਂ ਹੀ ਇਹਨਾਂ ਵੱਡਾ ਬਣਿਆ ਕਿਵੇਂ ਜਿਹੜੀ ਇਹਦੀ ਸ਼ੁਰੂਆਤ ਹੋਈ ਔਰ ਕਿਵੇਂ ਇਹਨਾਂ ਇੱਕ ਨਾਲ ਇੱਕ ਇੱਕ ਨਾਲ ਇੱਕ ਜੁੜ ਕੇ ਜਿਹੜਾ ਇਹਦਾ ਜਿਹੜਾ ਜਦੋਂ ਅਸੀਂ ਯੂਥ ਫੈਸਟੀਵਲਸ ਦੇ ਵਿੱਚ ਵੇਖਦੇ ਹਾਂ ਕਿ 18 ਮਿੰਟ ਦਾ ਜਾਂ 20 ਮਿੰਟ ਦਾ ਪਾਇਆ ਜਾਂਦਾ ਕਿਵੇਂ ਇਹ ਜੁੜਦੇਗੇ ਨਾਲ ਅਸਲ ਚ ਜੁੜਦੇ ਇਹ ਕਿ ਮੈਂ ਤੁਹਾਨੂੰ ਦੱਸਿਆ ਜਿਵੇਂ 26 ਜਨਵਰੀਆਂ ਤੇ ਜਾਂਦੇ ਰਹੇ ਉਤੋਂ ਹੌਲੀ 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 ਸਟੇਟਾਂ ਦੇ ਵਿੱਚ ਇਹਨੂੰ ਉਹਨਾਂ ਦੇ ਵੀ ਸਟੈਪ ਇਹਦੇ ਵਿੱਚ ਆਏ ਜੀ ਹੁਣ ਜਿਵੇਂ ਆਪਾਂ ਕਹਿ ਲੈਂਦੇ ਆਂ ਵੀ ਭੰਗੜੇ ਦੇ ਵਿੱਚ ਇਨਸਟਰੂਮੈਂਟ ਜਿਹੜੇ ਹੈਗੇ ਆ ਇਨਸਟਰੂਮੈਂਟ ਕਿੱਥੋਂ ਆ ਗਏ ਜੀ ਹੈਨਾ ਅਸਲ ਚ ਖੁੰਡਾ ਜਿਹੜਾ ਸਗਾ ਹੁਣ ਮੈਂ ਤੁਹਾਨੂੰ ਅੱਜ ਇੱਕ ਖੁੰਡੇ ਦੀ ਗੱਲ ਕਰਨ ਜਾ ਰਿਹਾ ਆਂ ਜੀ ਖੁੰਡਾ ਇੱਕ ਸਾਡਾ ਸ਼ਸਤਰ ਸਗਾ ਪਹਿਲਾਂ ਜੀ ਅਗਰ ਤੁਸੀਂ ਪਹਾੜੀ ਪੇਂਟਿੰਗਸ ਮੈਂ ਕਿਉਂਕਿ ਆਰਟ ਦਾ ਵੀ ਸਟੂਡੈਂਟ ਐ ਤਾਂ ਪਹਾੜੀ ਪੇਂਟਿੰਗਸ ਦੇ ਵਿੱਚ ਵੀ ਇਹਦਾ ਜ਼ਿਕਰ ਹੈਗਾ ਖੁੰਡੇ ਦਾ ਖੁੰਡੇ ਕਿ ਸਾਡਾ ਸ਼ਸਤਰ ਕਿਵੇਂ ਸੀ ਮੈਂ ਵੀ ਤੁਹਾਨੂੰ ਦੱਸਦਾ ਐ ਅਸਲ 'ਚ ਦੇਖੋ ਹੁਣ ਮੈਂ ਤੁਹਾਨੂੰ ਦਿਖਾਣਾ ਜੀ ਜਿਵੇਂ ਇਹ ਖੁੰਡਾ ਹੈ ਜੀ ਜੀ ਅਸਲ 'ਚ ਸੰਮਾੜੀ ਡਾਂਗ ਜਿਹੜੀ ਹੂੰ ਹੂੰ ਇਹ ਸਾਮ ਨਹੀਂ ਜੀ ਸਾਡੇ ਅੱਛਾ ਜੀ ਠੀਕ ਐ ਜੀ ਤੇ ਇਹ ਕੋਕੇ ਜਿਹੜੇ ਹੋਏ ਨੇ ਜੀ ਜੀ ਇਹ ਨੇ ਜਾਂ ਹੁੰਦਾ ਸੀ ਜੀ ਜੀ ਪਹਿਲੋਂ ਇਹ ਅਸਲ 'ਚ ਜਦੋਂ ਸ਼ਿਕਾਰ ਖੇਡਣਾ ਹੂੰ ਹੂੰ ਇਆ ਆਪਣੀ ਹਿਫਾਜ਼ਤ ਵਾਸਤੇ ਹੂੰ ਹੂੰ ਤੇ ਇਹ ਉਸੋਂ ਹੁੰਦਾ ਸੀ ਇਹ ਸਾਰੀ ਪਿੱਤਲ ਦੀ ਜੜ ਤੱਕ ਕੀਤੀ ਹੁੰਦੀ ਸੀ ਖੁੰਡੇ ਦੇ ਵਿੱਚ ਤੇ ਜਦੋਂ ਅਸੀਂ ਹੁਣ ਇਹ ਭੰਗੜੇ ਦੀ ਆਪਾਂ ਗੱਲ ਕਰਦੇ ਆਂ ਤੇ ਭੰਗੜੇ ਦੇ ਵਿੱਚ ਖੁੰਡੇ ਜਿਹੜੇ ਹੈਗੇ ਨੇ ਕਿਉਂਕਿ ਇਹ ਤਾਂ ਖੁੰਡਾ ਇੰਨਾ ਕੁ ਭਾਰਾ ਹੁੰਦਾ ਹੈ ਕਿ ਆਪਾਂ ਨਹੀਂ ਨੱਚ ਸਕਦੇ ਫਿਰ ਹੌਲੀ ਹੌਲੀ ਇਸ ਤਰ੍ਹਾਂ ਦੇਖੋ ਚੇਂਜ ਆਣੀ ਸ਼ੁਰੂ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਇਸੇ ਤਰੀਕੇ ਆਪਾਂ ਜੇ ਆਪਾਂ ਗੱਲ ਕਰਦੇ ਆਂ ਸੱਪਾਂ ਦੀ ਵੀ ਜੀ ਪਹਿਲੋ ਇਹ ਹੁੰਦੇ ਸੀ ਜੀ ਹਮ ਹਮ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਪਕੜਨਾ ਤੇ ਅਸੀਂ ਇਸ ਤਰ੍ਹਾਂ ਪਲੇ ਕਰਨਾ ਹੌਲੀ ਹੌਲੀ ਜਦੋਂ ਸਾਡੀ ਚੇਂਜ ਆਂਦਾ ਗਿਆ ਤੇ ਉਹਦੇ ਵਿੱਚ ਫਿਰ ਇਹਨੂੰ ਹੈਂਡਲ ਲੱਗ ਗਿਆ ਜੀ ਫੜਨ ਵਾਸਤੇ ਫੜਨ ਵਾਸਤੇ ਸਾਡੀ ਸਹੂਲियत ਵਾਸਤੇ ਹਮ ਹਮ ਹੁਣ ਤੁਸੀਂ ਅਗਰ ਆਪਾਂ ਇਸ ਨੂੰ ਵਜਾਉਂਦੇ ਇਹਨੂੰ ਹੈਂਡਲ ਹੈ ਸਾਡੇ ਕੋਲ ਸਹੂਲियत ਹੈ ਅਸੀਂ ਇਹਨੂੰ ਜਿੰਨੀ ਮਰਜ਼ੀ ਤੇਜ਼ ਕਰ ਸਕਦੇ ਹਾਂ ਜਿੰਨਾ ਮਰਜ਼ੀ ਆਪਣਾ ਹੌਲੀ ਹੌਲੀ ਕਰ ਸਕਦੇ ਹਾਂ ਲੇਕਿਨ ਇਹਦੇ ਵਿੱਚ ਜਿਹੜੇ ਦੂਸਰੇ ਸ਼ਿੱਕੇ ਹੁੰਦੇ ਸੀ ਇਹਦੇ ਵਿੱਚ ਇੱਕ ਬੜੀ ਮਿੱਠੀ ਤਾਲ ਹੁੰਦੀ ਸੀ ਢੋਲ ਵੀ ਉਸੇ ਤਾਲ ਤੇ ਵੱਜਦਾ ਸੀ ਇੱਕ ਵਾਰੀ ਥੋੜਾ ਜਿਹਾ ਵਜਾ ਕੇ ਦੇਖ ਹੁਣ ਜਿਵੇਂ ਇਹਨੂੰ ਮੈਂ ਤੁਹਾਨੂੰ ਦੱਸਦਾ ਜੀ ਆ ਲਓ ਜੀ ਜੀ ਠੀਕ ਹੈ ਜੀ ਇਹ ਹੁਣ ਜੇ ਆਪਾਂ ਇਹਦੀ ਗੱਲ ਕਰਦੇ ਆ ਆ ਦੇਖਿਓ ਹੁਣ ਇਸੇ ਨੂੰ ਹੀ ਆਪਾਂ ਤੇਜ਼ੀ ਆ ਗਈ ਜੀ ਬਿਲਕੁਲ ਠੀਕ ਹੈ ਇਹ ਹੌਲੀ 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 ਸਾਜਾਂ ਦੇ ਵਿੱਚ ਵੀ ਬਦਲਾਅ ਆਂਦਾ ਗਿਆ ਤੇ ਢੋਲ ਦੀਆਂ ਤਾਲਾਂ ਦੇ ਵਿੱਚ ਵੀ ਬਦਲਾਅ ਆਂਦਾ ਗਿਆ ਹੁਣ ਜਿਵੇਂ ਅਸੀਂ ਲੁੱਡੀ ਦੀ ਗੱਲ ਕਰਦੇ ਹਾਂ ਤਾਂ ਲੁੱਡੀ ਦੇ ਵਿੱਚ ਇੱਕ ਸਾਡੇ ਧਮਾਲੀ ਵੱਜਦੀ ਹੈ ਜੀ ਠੀਕ ਹੈ ਜੀ ਇੱਕ ਸਾਡੇ ਦੀਪ ਚੰਦੀ ਵੱਜਦੀ ਸੀ ਉਹ ਸਾਡੇ ਜਿਹੜੇ ਪੁਰਾਣੇ ਉਸਤਾਦ ਸਾਡੇ ਨਾਲ ਕੰਮ ਕਰਦੇ ਰਹੇ ਨੇ ਜਾਂ ਸਾਡੇ ਅਸੀਂ ਉਹਨਾਂ ਤੋਂ ਵੀ ਸਿੱਖਦੇ ਰਹੇ ਹਾਂ ਜੀ ਉਹਨਾਂ ਨੇ ਵਜਾਉਂਦੇ ਰਹੇ ਨੇ ਇਹ ਤਾਲਾਂ ਲੇਕਿਨ ਜਦੋਂ ਹੁਣ ਅੱਗੇ ਨਵੇਂ-ਨਵੇਂ ਆ ਨਵੇਂ ਢੋਲੀ ਉੱਠੇ ਆ ਜਿਹੜੇ ਜੀ ਉਹਨਾਂ ਨੂੰ ਉਹ ਤਾਲਾ ਹੈ ਨਹੀਂ ਉਹ ਸਿੱਧੀ ਇੱਕ ਕਹਿਰਵਾ ਤਾਲ ਤੇ ਗੁੱਡੀ ਵਜਾ ਦਿੰਦੇ ਨੇ ਜੀ ਜੀ ਬਿਲਕੁਲ ਅੱਛਾ ਇਹ ਗੱਲ ਕਰਦੇ ਆ ਕਿ ਲੋਕ ਬੋਲੀਆਂ ਦੇ ਵਿੱਚ ਜਾਂ ਇਹ ਕਹਿੰਦੇ ਕਿ ਲੋਕ ਨਾਚਾਂ ਦੇ ਵਿੱਚ ਲੋਕ ਭਾਸ਼ਾ ਜਿਹੜੀ ਹੈ ਜਿਹੜੀ ਸਾਡੀ ਆਪਣੀ ਬੋਲੀ ਹੈ ਉਹਦਾ ਕਿੰਨਾ ਕੋ ਜ਼ਿਆਦਾ ਮਹੱਤਵ ਹੈ ਬਹੁਤ ਮਹੱਤਵ ਹੈ ਜੀ ਉਸਦਾ ਉਸਦਾ ਇਸ ਤਰ੍ਹਾਂ ਮਹਾ ਤਵੇ ਲੋਕ ਜਿਹੜੀ ਬੋਲੀ ਵੀ ਆਪਾਂ ਕਹਿ ਦਿੰਦੇ ਆਂ ਵੀ ਆਪਾਂ ਹਰੇਕ ਜਿਵੇਂ ਲਹਿੰਦੇਵਾਲ ਦੀ ਆਪਾਂ ਗੱਲ ਕਰਦੇ ਆਂ ਬੋਲੀਆਂ ਦੀ ਗੱਲ ਹੁਣ ਜਦੋਂ ਅਸੀਂ ਨਾਚ ਨੱਚਣਾ ਹੈ ਲਹਿੰਦੇਵਾਲ ਦਾ ਤੇ ਉਹਦੇ ਵਿੱਚ ਸਾਕੂ ਲੋਕ ਲਾਂਦੇ ਦੇ ਬਾਂਦੇ ਹੂੰ ਹੂੰ ਹੈਨਾ ਤੇ ਇਹ ਗੱਲਾਂ ਕਰਦੀਆਂ ਜਿਵੇਂ ਹੁਣ ਅਸੀਂ ਗੱਲ ਕਰਦੇ ਡੰਡਾਸ ਦੀ ਹੂੰ ਹੂੰ ਡੰਡਾਸ ਦੇ ਵਿੱਚ ਅਸੀਂ ਜਦੋਂ ਕਰਦੇ ਇਹਨਾਂ ਸਾਕ ਬਾਲੋ ਬੱਤੀਆਂ ਵੇ ਮਾਹੀਸਾ ਕੁਮਾਰ ਉਹ ਸੰਗਲਾਂ ਨਾਲ ਪਿੱਤਲ ਬਣਾਇਆ ਈ ਸੋਨਾ ਬੰਸਵਾ ਮਲਾ ਨਾਲ ਜੀ ਮੈਂ ਇੱਥੇ ਤੇ ਢੋਲ ਮੁਲਤਾਨ ਹੈ ਉਹਦੇ ਬੁੱਤ ਵਿੱਚ ਮੈਡੀ ਜਾਨ ਹੈ ਮੇਰੇ ਆ ਵੇ ਮਾਈ ਹੈ ਕੋਈ ਬੰਨ ਨਹੀਂ ਉੱਤੇ ਆ ਘੱਟ ਸੋ ਹੂੰ ਹੁਣ ਇਧਰ ਦੀ ਲੈਂਗੁਏਜ ਤੇ ਉਧਰ ਦੀ ਲੈਂਗੁਏਜ ਦਾ ਇਹ ਜਿੱਦਾਂ ਦੇ ਡਾਂਸ ਹੈ ਜੀ ਉਸ ਤਰ੍ਹਾਂ ਦੀਆਂ ਹੀ ਇਹਦੇ ਨਾਲ ਬੋਲੀਆਂ ਹੋ ਜਾਂਦੀਆਂ ਜੀ ਜੀ ਬਿਲਕੁਲ ਸੇ ਬੋਲੀਆਂ ਦੀ ਗੱਲ ਕਰਦੇ ਆ ਤਾਂ ਤੁਸੀਂ ਬਹੁਤ ਸਾਰੀਆਂ ਬੋਲੀਆਂ ਲਿਖੀਆਂ ਵੀ ਨੇ ਸਾਡੇ ਗਿੱਧੇ ਦੇ ਵਾਸਤੇ ਤੇ ਹੋ ਜਾਏ ਫਿਰ ਇੱਕ ਬੋਲੀ ਬੋਲੀਆਂ ਮੈਂ ਜ਼ਰੂਰ ਅੱਛਾ ਪਹਿਲਾਂ ਆਪਾਂ ਗੱਲ ਕਰਦੇ ਸੀ ਪਾਸ਼ਾ ਦੇਵੀ ਜੀ ਹੈਨਾ ਇੱਕ ਮੈਨੂੰ ਹੁਣ ਯਾਦ ਆਇਆ ਆਪਣੀ ਗੱਲ ਤੋਂ ਕਿ ਪਵਾੜ ਏਰੀਏ ਦੇ ਵਿੱਚ ਉਹਨਾਂ ਦੀ ਲੈਂਗੁਏਜ ਬੜੀ ਡਿਫਰੈਂਟ ਹੈ ਇੱਕ ਉਹ ਬੋਲੀ ਪਾਉਂਦੇ ਹੁੰਦੀਆਂ ਬੜੀਆਂ ਕਹਿੰਦੇ ਮਾਰੇ ਵੀ ਜੇ ਸ਼ੋਲੇ ਤੇ ਥਾਰੇ ਵੀ ਜੇ ਰਾਜਮ ਮਾਰੇ ਵੀ ਜੇ ਸ਼ੋਲੇ ਤੇ ਥਾਰੇ ਵੀ ਜੇ ਰਾਜਮ ਆ ਜਾ ਮੰਜਾ ਢਾਲਈਏ ਮਰੁੱਦਾ ਵਾਲੇ ਬਾਗਮਾ ਆ ਜਾ ਮੰਜਾ ਢਾਲਈਏ ਮਰੁੱਦਾ ਵਾਲੇ ਬਾਗਮਾ ਸੋ ਇਸ ਤਰ੍ਹਾਂ ਭਾਸ਼ਾ ਜਿਦਾ ਮੈਂ ਤੁਹਾਨੂੰ ਕਿਹਾ ਤੇ ਹੁਣ ਇਧਰ ਦੀ ਭਾਸ਼ਾ ਦਾ ਵੀ ਇੱਕ ਬੋਲੀ ਜਿਹੜੀ ਆ ਉਹ ਸੁਣਾ ਦੇ ਤਾਂ ਹਨਾ ਉਹ ਕੀ ਬੋਲੀ ਇਧਰ ਦੀ ਰਿਆਂ ਤੂੰ ਵਿਲੜੇ ਤੇਰੀ ਮਾਂ ਵਿਲੜੇ ਤੂੰ ਵਿਲੜੇ ਤੇਰੀ ਮਾਂ ਵਿਲੜੇ ਨਾਲੇ ਵੱਡੇ ਭੈਣ ਜੀ ਤੁਹਾਡੇ ਸਾਰੇ ਟਬਰ ਦਾ ਏਕਾ ਵੇ ਮੈਂ ਕੱਲੀ ਢੈਂਗੜੀ ਤੁਹਾਡੇ ਸਾਰੇ ਟਬਰ ਦਾ ਏਕਾ ਵੇ ਮੈਂ ਕੱਲੀ ਢੈਂਗੜੀ ਦੀ ਹੋਰ ਗੱਲ ਕਰਦੇ ਆ ਹੁਣ ਭੰਗੜੇ ਦੇ ਵਿੱਚ ਕਹਿੰਦੇ ਨੇ ਬਹੁਤ ਜ਼ਿਆਦਾ ਤੇਜ਼ੀ ਆ ਚੁੱਕੀ ਹੈ ਅਸੀਂ ਵੇਖਦੇ ਆ ਪਹਿਲਾਂ ਨਾਲੋਂ ਹੁਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਹੁਣ ਤੁਸੀਂ ਆ ਕਾਟੋ ਦੀ ਗੱਲ ਕੀਤੀ ਹੈ ਪਹਿਲਾਂ ਤੇ ਹੁਣ ਦੇ ਵਿੱਚ ਚਿੱਕੀਆਂ ਦੀ ਕਿ ਇਹਦੇ ਵਿੱਚ ਕਿੰਨਾ ਜ਼ਿਆਦਾ ਫਰਕ ਕਿੰਨਾ ਜ਼ਿਆਦਾ ਅੰਤਰ ਆ ਚੁੱਕਾ ਹੈ ਤੇ ਉਵੇਂ ਹੀ ਸਾਡੇ ਜਿਹੜੇ ਭੰਗੜਾ ਹੈ ਉਹਦੇ ਵਿੱਚ ਵੀ ਬਹੁਤ ਫਰਕ ਬਹੁਤ ਜ਼ਿਆਦਾ ਅੰਤਰ ਆ ਚੁੱਕਾ ਹੈ ਤੇਜ਼ੀ ਆ ਚੁੱਕੀ ਕੀ ਕਾਰਨ ਕੀ ਹੈ ਇਹਦੇ ਵਿੱਚ ਕਾਰਨ ਇਹ ਹੈ ਜੀ ਦੇਖੋ ਹਰ ਇੱਕ ਚੀਜ਼ ਉਸ ਸਹੂਲਤ ਦੇ ਨਾਲ ਹੈ ਨਾ ਬਣਦੀ ਗਈ ਹੈ ਜੀ ਪੀ ਹੁਣ ਪਹਿਲੋ ਸੀ ਠਹਿਰਾਵ ਸੀ ਜੀ ਮਠਾ ਮਠਾ ਨੱਚਣਾ ਮਿੱਠਾ ਨੱਚਣਾ ਜੀ ਉਹ ਹੁੰਦਾ ਸੀ ਢੋਲੀਆਂ ਦੇ ਢੋਲ ਢੋਲੀ ਨੇ ਵੀ ਢੋਲ ਵਜਾਣਾ ਮਿੱਠੀ ਤਾਲ ਵਜਾਉਣੀ ਅੱਜ ਕੱਲ ਕੀ ਹੈ ਯੂਥ ਨੂੰ ਵੀ ਚੱਕ ਲੋ ਧਰ ਲੋ ਚੰਗੀ ਤਾਂ ਚੰਗੀ ਲੱਗਦੀ ਐ ਇਸ ਕਰਕੇ ਵੀ ਜਿਹੜਾ ਪੰਗੜਾ ਵੀ ਹੌਲੀ 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 ਆਪਣਾ ਮਿਆਰ ਬਦਲ ਲੱਗਿਆ ਕੁਝ ਵੈਸਟਰਨ ਦੇ ਜਿਹੜੇ ਆਪਣੇ ਪੰਜਾਬੀ ਉਧਰ ਜਾ ਕੇ ਵਸ ਗਏ ਉਹਨਾਂ ਨੇ ਉਹਨਾਂ ਦੇ ਲੋਕ ਉਧਰ ਦੇਖ ਦੇਖ ਕੇ ਉਹਨਾਂ ਦੇ ਉਹ ਉਹਨੂੰ ਇਹ ਐਕਸਰਸਾਈਜ਼ ਬਣਾਤੀ ਗਈ ਜੀ 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 ਤੇ ਐਕਸ ਉਹ ਫੇ ਹੋੜੀ 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 ਤੇਜ਼ੀ ਆਣੀ ਸ਼ੁਰੂ ਹੋ ਗਈ ਹੈਨਾ ਤੇ ਉਹਦੇ ਨਾਲ ਹੀ ਜਿਵੇਂ ਹੁਣ ਆ ਦੇਖੋ ਆ ਪ੍ਰਾਣੇ ਘੁੰਗਰੂ ਦੀ ਆਪਾਂ ਗੱਲ ਕਰਦੇ ਆ ਜੀ ਤੇ ਕਿੰਨੇ ਭਾਰੇ ਘੁੰਗਰੂ ਹੁੰਦੇ ਸੀਗੇ ਤੇ ਜੇ ਅਸੀਂ ਅੱਜ ਕੱਲ ਦੇ ਗੱਲ ਕਰਦੇ ਆ ਤੇ ਫਟੇ ਤੇ ਚੜ ਗਏ ਆ ਜੀ ਆਹ ਹੋ ਗਿਆ ਜੀ ਬਹੁਤ ਫਰਕ ਪੈ ਗਿਆ ਉਹ ਫਰਕ ਪੈ ਗਿਆ ਇਸੇ ਤਰੀਕੇ ਹੁਣ ਜਿਹੜੀ ਤੁਹਾਨੂੰ ਦਿਖਾਉਂਦਾ ਜੀ ਨਿਆ ਦੌਰ ਮੂਵੀ ਆਈ ਹੈ ਜੀ ਆਈ ਸੀ ਇੱਕ ਇਹ ਦੇਸ਼ ਹੈ ਵੀਰ ਜਵਾਨੋ ਕਲ ਵੇਲੋਂ ਕਮਸਤਾਨੋਂ ਜੀ ਉਹ ਕਾਟੋ ਇਹ ਇਸ ਤਰ੍ਹਾਂ ਦੀ ਸੀ ਜੀ ਇਹਦੇ ਵਿੱਚ ਕੀ ਸੀ ਰੱਸੀ ਉੱਪਰ ਦੀ ਆਉਂਦੀ ਸੀ ਤੇ ਪੂਛ ਦੀ ਵੀ ਰੱਸੀ ਉੱਪਰ ਦੀ ਸੀ ਜੀ ਠੀਕ ਹੈ ਜੀ ਤੇ ਇਹ ਪੂਰੀ ਇਸ ਤਰ੍ਹਾਂ ਹੁੰਦੀ ਸੀ ਇਹ ਜਿਹੜੀ ਨਿਆ ਦੌਰ ਮੂਵੀ ਦੇ ਵਿੱਚ ਹੈ ਤੇ ਹੁਣ ਜਿਹੜੀ ਕਾਟੋ ਆਈ ਹੈ ਜਿਹੜੀ ਹੁਣ ਆਈ ਹੈ ਭੰਗੜੇ ਦੇ ਵਿੱਚ ਜੀ ਉਹ ਇਹ ਹੈ ਜੀ ਆ ਦੇਖੋ ਬਿਲਕੁਲ ਹੀ ਹਲਕੀ ਹਮ ਇਹਦੀ ਬਣਤਰ ਵੀ ਚੇਂਜ ਹੋ ਗਈ ਜੀ ਜੀ ਇਹਦਾ ਸਾਰਾ ਕੁਝ ਹੀ ਹੋਲੀ ਹੋਲੀ ਹੂੰ ਬਦਲਦਾ ਗਿਆ ਬਦਲਦਾ ਗਿਆ ਜੀ ਜੀ ਬਿਲਕੁਲ ਸੋ ਬਹੁਤ ਸਾਰਾ ਬਦਲਾਅ ਆਉਂਦਾ ਰਿਹਾ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਇਹਨਾਂ ਲੋਕ ਨਾਚਾਂ ਦੀ ਉਹਦੇ ਵਿੱਚ ਕਹਿੰਦੇ ਨੇ ਕਿ ਇੱਕ ਢੋਲੀ ਔਰ ਇੱਕ ਜਿਹੜਾ ਨਾਲ ਸਿਖਾਉਣ ਵਾਲਾ ਹੁੰਦਾ ਉਹਦਾ ਇੱਕ ਬਹੁਤ ਅਹਿਮ ਤੇ ਬਹੁਤ ਵੱਡਾ ਰੋਲ ਹੁੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਕੋਚ ਜਿਹੜਾ ਹੈ ਉਹ ਕਿਵੇਂ ਇਹਦੇ ਵਿੱਚ ਹੋਰ ਨਿਖਾਰ ਤੇ ਸ਼ਿੰਗਾਰ ਲਿਆ ਸਕਦਾ ਅਸਲ ਦੇ ਵਿੱਚ ਜਿਹੜਾ ਕੋਚ ਹੈ ਪੰਗੜੇ ਦੇ ਵਿੱਚ ਜਿਹੜਾ ਢੋਲੀ ਹੈ ਜੀ ਅਗਰ ਜਿੰਨਾ ਪੁਰਾਣਾ ਢੋਲੀ ਹੈ ਅਗਰ ਜਿੰਨੇ ਪੁਰਾਣੇ ਆਪਣੇ ਜਿਨ੍ਹਾਂ ਨੇ ਹੁਣ ਪੁਰਾਣੇ ਆਪਣੇ ਬਜ਼ੁਰਗਾਂ ਤੋਂ ਗੁਰ ਲਿਆ ਹੋਇਆ ਹੈਗਾ ਜਿੰਨਾ ਅੱਛਾ ਉਹ ਟੋਲੀ ਡਰਬਰ ਟੀਮ ਦੇ ਨਾਲ ਹੋਏਗਾ ਤਾਂ ਮੇਰੇ ਹਿਸਾਬ ਨਾਲ ਟੀਮ ਹੋਰ ਨਿਖਾਰ ਆਏਗੀ ਆਏਗਾ ਹੈਨਾ ਤੇ ਇਸੇ ਤਰੀਕੇ ਕੋਚ ਹੈ ਕੋਚ ਵੀ ਆਪਣੇ ਪੁਰਾਣੇ ਜਿੰਨੇ ਆ ਕਿਉਂਕਿ ਇਹ ਪੀੜੀਦਰ ਪੀੜੀ ਚੱਲਣ ਵਾਲੀ ਕਲਾ ਹੈ ਹਮ ਜੀ ਹਨਾ ਜੀ ਪਿਓ ਨੇ ਇੱਕ ਪੁੱਤ ਨੂੰ ਸੱਸ ਦਾ ਅੱਗੇ ਫਿਰ ਪੋਤੇ ਨੂੰ ਦੱਸ ਦਿੰਦਾ ਇਸ ਤਰ੍ਹਾਂ ਪੀੜੀਦਰ ਪੀੜੀ ਚੱਲਣ ਵਾਲੀ ਇਹ ਕਲਾ ਹੈ ਜੀ ਠੀਕ ਹੈ ਜੀ ਹੁਣ ਜਿਵੇਂ ਮੈਂ ਗਰੀਬਦਾਸ ਉਸਤਾਦ ਜੀ ਉਹਨਾਂ ਦੇ ਕੋਲ ਨੱਚਿਆ ਮੈਂ 우ਸਤਾਦ ਬਹਾਦਰ ਜੀ ਇਸ ਨਾਮ ਵਾਲੇ ਉਹਨਾਂ ਦੇ ਕੋਲ ਪਰਫਾਰਮ ਕੀਤਾ ਠੀਕ ਹੈ ਜੀ ਮੇਰੇ ਜਿਹੜੇ ਹੋਰ ਆਪਣੀ ਮੁੰਦਰੀ 우ਸਤਾਦ ਜੀ ਹੋ ਗਏ ਨੇ ਬਚਨ RAM ਹੋ ਗਏ ਨੇ ਰਾਜਕੁਮਾਰ ਜੀ ਹੋਏ ਕਰਤਾਰ ਸਿੰਘ ਜੀ ਹੋ ਗਏ ਨੇ ਠੀਕ ਹੈ ਜੀ ਇਹਨਾਂ ਸਾਰਿਆਂ ਦੇ ਨਾਲ ਮਤਲਬ ਮੇਰਾ ਜਿਹੜਾ ਹੈਗਾ ਸੀ ਮੈਨੂੰ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਇਲਾਵਾ ਪ੍ਰੇਮ ਚੰਦ ਜੀ ਹੋ ਗਏ ਠੀਕ ਹੈ ਜਿਹਨਾਂ ਤੋਂ ਸ਼ੁਰੂਆਤੀ ਮੈਂ ਲੁੱਡੀ ਦੀ ਸਿੱਖਿਆ ਲਈ ਉਸ ਤੋਂ ਇਲਾਵਾ ਹਰਿੰਦਰਪਾਲ ਸਿੰਘ ਜੀ ਕੋਚ ਦਵਿੰਦਰ ਸਿੰਘ ਜੁਗਣੀ ਜੀ ਇਹਨਾਂ ਤੋਂ ਮੈਂ ਫਿਰ ਇਹ ਮਹਾਰਤ ਜੀ ਬਿਲਕੁਲ ਔਰ ਜਾਣਦੇ ਚਾਹਦੇ ਸਾਡੇ ਉਹ ਨੌਜਵਾਨ ਜਾਂ ਉਹ ਬੱਚਿਆਂ ਨੂੰ ਕੀ ਸੰਦੇਸ਼ਣਾ ਚਾਹੁੰਦੇ ਹੋ ਜਿਹੜੇ ਕੀ ਸਾਡੇ ਇਸ ਕਲਾਵਾਂ ਨੂੰ ਸਾਡੇ ਪੰਜਾਬ ਦੀਆਂ ਇਹਨਾਂ ਕਲਾਵਾਂ ਨੂੰ ਸਿੱਖਣਾ ਚਾਹੁੰਦੇ ਨੇ ਇਸ ਗੁਰ ਨੂੰ ਸਿੱਖ ਕੇ ਕਈ ਲੋਕ ਤਾਂ ਆਪਣੇ ਰੋਜ਼ੀ-ਰੋਟੀ ਇਹਦੇ ਨਾਲ ਹੀ ਕਮਾਉਂਦੇ ਨੇ ਇਹਦੇ ਨਾਲ ਹੀ ਕਮਾਉਂਦੇ ਨੇ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਮੇਰਾ ਇਹੀ ਹੈ ਜੀ ਦੇਖੋ ਵੀ ਅਗਰ ਤੁਸੀਂ ਇਹਨਾਂ ਲੋਕਨਾਚਾਂ ਨੂੰ ਸਿੱਖਦੇ ਆ ਤਾਂ ਇਹਦੀ ਪਛੋਕੜ ਜ਼ਰੂਰ ਪਤਾ ਹੋਵੇ ਅਗਰ ਤੁਸੀਂ ਚਾਦਰਾਂ ਕੁੜਤਾ ਕੁਝ ਵੀ ਪਾਇਆ ਜੋ ਵੀ ਅਸੀਂ ਪਾਉਂਦੇ ਆ ਉਹਦੇ ਬਾਰੇ ਤੁਹਾਨੂੰ ਡਿਟੇਲ ਪਤਾ ਹੋਵੇ ਕਿ ਅਸਲ ਦੇ ਵਿੱਚ ਕੀ ਹੈ ਇਹਦੀ ਪਿਛੋਕੜ ਕੀ ਸੀ ਅਸੀਂ ਸਿਰਫ ਇੱਕ ਮੁ드ਰਾਮਾ ਤੱਕ ਸੀਮਤ ਨਾ ਰਹ ਜੀ ਅਸੀਂ ਨੱਚਣ ਤੱਕ ਸੀਮਤ ਨਾ ਰਹ ਜੀ ਤੁਸੀਂ ਦੇਖੋਗੇ ਵੀ ਹੋਰ ਸਟੇਟ ਜਿਵੇਂ ਆਪਾਂ ਕਹਿ ਲੈਂਦੇ ਆਂ ਵੀ ਵੈਸਟ ਬੰਗਾਲ ਹੋ ਗਿਆ ਮਨੀਪੁਰ ਹੋ ਗਿਆ ਉਹਨਾਂ ਨੂੰ ਇਹਦੇ ਵਿੱਚ ਪਦਮਸ਼ਰੀ ਮਿਲ ਜਾਂਦੇ ਨੇ ਲੇਕਿਨ ਸਾਡਾ ਇੱਕ ਜਿਹੜਾ ਇਹੋ ਜਿਹਾ ਇਹ ਪੰਜਾਬ ਦਾ ਜਿਹੜਾ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਫੈਲਿਆ ਹੋਇਆ ਲੋਕ ਨਾਚ ਇਹਦੇ ਵਿੱਚ ਕਦੀ ਵੀ ਇਹ ਕਿਸੇ ਨੂੰ ਅਜ ਤੱਕ ਇਹ ਪ੍ਰਾਪਤ ਨਹੀਂ ਹੋਇਆ ਹੈਗਾ ਜੀ ਇਹ ਕਿਉਂ ਨਹੀਂ ਹੋਇਆ ਦਾ ਕਾਰਨ ਕੀ ਹੈ ਕਿਉਂਕਿ ਅਸੀਂ ਇਸ ਦਾ ਜਿਹੜਾ ਹੈਗਾ ਹਿਸਟਰੀ ਜਾਦਾ ਸੰਭਾਲੀ ਨਹੀਂ ਹੈ 47 ਤੋਂ ਪਹਿਲੋ ਦੀ ਜਿਹੜੀ ਗੱਲ ਹੋਈ ਹੈ 47 ਤੋਂ ਬਾਅਦ ਜਿਹੜੀ ਹੋਈ ਜਨਾਂ ਦੌਰ মুਵੀ ਆਈ ਹੈ ਜਾਂ 26 ਜਨਵਰੀਆਂ ਦੀਆਂ ਪਰੇਡਾਂ ਹੋਈਆਂ ਨੇ ਜਾਂ ਏਸ਼ੀਆ 82 ਹੋਏ ਨੇ ਹੈਨਾ ਉਹਨਾਂ ਵਿੱਚ ਦਾ ਮਾਸਟਰ ਭਜਨ ਜੀ ਹੋ ਗਏ ਨੇ ਉਹਨਾਂ ਨੇ ਇੰਨਾ ਅੱਛਾ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਨੇ ਇੱਕ ਡਾਕੂਮੈਂਟਰੀਆਂ ਬਣਾਈਆਂ ਉਹ ਅੱਛਾ ਕੰਮ ਹੋਇਆ ਲੇਕਿਨ ਉਹ ਇਸ ਨੂੰ ਜਿਹੜਾ ਹੈਗਾ ਏ ਸੰਭਾਲਣ ਦੀ ਲੋੜ ਸੰਭਾਲਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਔਰ ਅਸੀਂ ਇਹ ਵੀ ਬਿਲਕੁਲ ਚਾਹਾਂਗੇ ਕਿ ਅਸੀਂ ਆਪਣੇ ਇਸ ਵਿਰਸੇ ਨੂੰ ਆਪਣੀ ਇਸ ਵਿਰਾਸਤ ਤੋਂ ਆਪਣੇ ਇਹਨਾਂ ਲੋਕਾਂ ਲੋਕ ਨਾਚਾਂ ਨੂੰ ਸੰਭਾਲ ਕੇ ਰੱਖੀਏ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਰੇ ਦੱਸ ਸਕੀਏ ਸੋ ਪ੍ਰਵੇਸ਼ਿਤ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਸਟੂਡੀਓ ਚ ਆਉਣ ਦੇ ਔਰ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਬਸ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ